ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਪੀ ਸਚ ਨਾਨਕ ਹੋਸੀ ਪੀ ਸਚ ਗੁਰੂ ਨਾਨਕ ਧੰਨ ਗੁਰੂ ਨਾਨਕ ਇੱਕ ਇੱਕ ਕਰਕੇ ਖਾਲ ਸਾਰੇ ਖੜ੍ਹੇ ਹੋ ਜਾਓ ਪਿੱਛੇ ਪੂਰੀ ਲੰਬੀ ਲਾਈਨ ਬਣਾ ਦਿਓ ਇੱਧਰ ਤੱਕ ਆ ਜਾਓ ਸਾਡੇ ਪਿੱਛੇ ਦਾ ਇੱਧਰ ਕਿਤੇ ਜਾਣਾ ਸਾਰੇ ਜਿਨ੍ਹਾਂ ਨੇ ਖੰਡੇ ਬਣੇ ਸਾਰੇ ਲੰਬੀ ਲਾਈਨ ਬਣਾ ਖੜ ਜਾਓ ਸਾਰੇ ਕੀਰਤਨ ਵਾਲਿਆਂ ਦੇ ਪਿੱਛੇ ਬੀਬੀਆਂ ਵੀ ਖੰਡੇ ਵਾਲੀਆਂ ਬੀਬੀਆਂ ਵੀ ਪਿੱਛੇ ਖੜ ਜਾਓ ਬੀਬੀਆਂ ਦੇ ਇੱਕੋ ਓਂਕਾਰ ਸਤਨਾਮ ਦਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਧੰਨ ਗੁਰੂ ਨਾਨਕ 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 ਸਾਰੀ ਹਾਜ਼ਰੀਆਂ ਭਰੋ ਸਾਵਧਾਨ ਹੋ ਜਾਓ ਜਿੰਨੀ ਸੰਗਤ ਏ ਥੋੜ੍ਹੇ ਸਮੇਂ ਬਾਅਦ ਪਾਠ ਸ਼ੁਰੂ ਹੋਏਗਾ ਹੁਣ ਜਿੰਨਾ ਵੀ ਆਪਾਂ ਹਰਜਸ ਗਾ ਲਈਏ ਰਾਗੀ ਜਥਿਆਂ ਨੇ ਸਾਰਿਆਂ ਨੇ ਸਮਾਂ ਲਾਇਆ ਹੈ ਪਾਠੀ ਸਿੰਘ ਜਿਹੜੇ ਮਾਂ ਸੰਪੜ 'ਚ ਰਹੇ ਉਹਨਾਂ ਹਾਜ਼ਰੀਆਂ ਭਰੀਆਂ ਬਾਹਰੋਂ ਜਥੇ ਆਏ ਅੰਮ੍ਰਿਤਸਰ ਤੋਂ ਗੁਰੂ ਕੀ ਨਗਰੀ ਤੋਂ ਪੁੱਛੋ ਸਾਹਿਬ ਤੋਂ ਹੋਰ ਬੇਅੰਤ ਜਥੇ ਪਹੁੰਚੇ ਨੇ ਸੰਗਤਾਂ ਗੁਰੂ ਕੀਆਂ ਆਈਆਂ ਨੇ ਸਾਰੀਆਂ ਕੀਰਤਨੀਏ ਪਾਠੀ ਸਿੰਘ ਸਾਰਿਆਂ ਨੂੰ ਗੁਰੂ ਨਾਨਕ ਦੇ ਘਰ ਵਿੱਚ ਜੀ ਆਇਆਂ ਨੂੰ
ਜੀ ਆਇਆਂ ਨੂੰ ਜੀ ਆਇਆਂ ਨੂੰ ਜਿੰਨੇ ਕਦਮ ਰੱਖੇ ਸਿਰ ਮੱਥੇ 'ਤੇ ਜਿੰਨਾ ਰਾਹਾਂ ਤੋਂ ਆਏ ਉਹਨਾਂ ਰਾਹਾਂ ਦੇ ਸਦਕੇ ਧਾਰਨਾ ਨਾਲ ਭਗਤੀ ਦਾ ਭੰਡਾਰਾ ਖੋਲ੍ਹਿਆ ਬਾਬੇ ਨਾਨਕ ਨੇ ਜੀ। ਇੱਥੇ ਭਗਤੀ ਦਾ ਭੰਡਾਰਾ ਖੋਲ੍ਹਿਆ ਬਾਬੇ ਨਾਨਕ ਨੇ, ਭਗਤੀ ਦਾ ਭੰਡਾਰਾ ਖੋਲ੍ਹਿਆ ਬਾਬੇ ਨਾਨਕ ਨੇ। ਭਗਤੀ ਦਾ ਭੰਡਾਰਾ ਖੋਲ੍ਹਿਆ ਬਾਬੇ ਨਾਨਕ ਨੇ, ਇੱਥੇ ਭਗਤੀ ਦਾ ਭੰਡਾਰਾ ਖੋਲ੍ਹਿਆ ਬਾਬੇ ਨਾਨਕ ਨੇ। ਭਗਤੀ ਦਾ ਭੰਡਾਰਾ ਖੋਲ੍ਹਿਆ ਬਾਬੇ ਨਾਨਕ ਨੇ। ਬਾਬੇ ਨਾਨਕ ਨੇ, ਭਗਤੀ ਦਾ ਭੰਡਾਰਾ ਖੋਲ੍ਹਿਆ ਬਾਬੇ ਨਾਨਕ ਨੇ। ਅੱਜ ਸਮਾਂ ਮਾੜਾ ਹੈ, ਕਲਯੁਗ ਦੇ ਵਿੱਚ ਲੋੜਾਂ ਜ਼ਰੂਰਤਾਂ ਬਹੁਤ ਨੇ, ਜਿਹਦੇ ਵਿੱਚ ਗੁਰੂ ਸਾਹਿਬ ਬਾਣੀ ਵਿੱਚ ਸਮੱਤ ਦਿੰਦੇ ਆ ਕਿ ਭਾਈ ਰੱਬ ਦੇ ਨਾਮ ਦੀ ਓਟ ਲੈ ਲਾ, ਓਟ ਲੈ ਲਾ, ਓਟ ਤੈਨੂੰ ਘਾਟਾ ਨਹੀਂ ਪਏਗਾ, ਨੁਕਸਾਨ ਨਹੀਂ ਹੋਏਗਾ, ਗੁਰੂ ਰੱਖਿਆ ਕਰੇਗਾ, ਰੱਬ ਦੇ ਨਾਮ ਦੀ ਓਟ ਲੈ ਲਾ, ਸੰਤਾਂ ਮਹਾਂਪੁਰਸ਼ਾਂ ਦੀ ਓਟ ਲੈ ਲਾ। ਸੰਤ ਮਹਾਂਪੁਰਖ ਇੱਥੇ ਵੀ ਸਹਾਇਤਾ ਕਰਦੇ ਆ, ਦੇਸ਼ ਪ੍ਰਦੇਸ਼ ਵੀ ਸਭ ਥਾਈ ਕਰਦੇ ਆ। ਜਿਹੜੇ ਪੂਰੇ ਮਹਾਂਪੁਰਸ਼ ਨੇ ਉਹ ਰੱਬ ਰੂਪ ਹੁੰਦੇ ਆ, ਉਹ ਫਿਰ ਸਭ ਥਾਈ ਸਹਾਈ ਹੁੰਦੇ ਆ। ਅਤੇ ਇਹ ਬਾਬਾ ਮਾਂ ਹਰਨਾਮ ਸਿੰਘ ਮਹਾਰਾਜ ਜੀ ਦੀ ਪੁੱਛੋ ਵਾਲਿਆਂ ਦੀ ਗੱਦੀ ਹੈ ਜਿੱਥੋਂ ਸਾਰਾ ਪ੍ਰੋਗਰਾਮ ਚੱਲ ਰਿਹਾ ਹੈ।
ਇਸੇ ਹੀ ਗੱਦੀ ਤੋਂ ਹੀ ਨਾਨਕ ਸਰ ਕਲੇਰਾਂ ਹੋਰ ਬੜੇ ਮਹਾਂਪੁਰਸ਼ ਸਾਡੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਿਰੰਕਾਰ ਰੱਬ ਸਰੂਪ ਇਹ ਜਿਹੜੇ ਬਾਣੀ 'ਚ ਲਿਖਿਆ ਸੰਤ ਮਹਾਂਪੁਰਸ਼ ਸਹਾਈ ਹੁੰਦੇ ਆ ਇਹਨਾਂ ਦੀ ਓਟ ਦੇਸ਼ ਪ੍ਰਦੇਸ਼ ਵਿੱਚ ਕੰਮ ਕਰਦੀ ਸੰਤਾਂ ਦੀ ਓਟ ਲੈਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ 'ਚ ਲਿਖਿਆ ਕਹਿੰਦੇ ਆ ਹਰ ਹਰ ਨਾਮ ਸੰਤਨ ਕੀ ਓਟਾ ਸੰਤਾਂ ਨੂੰ ਰੱਬ ਦੇ ਨਾਮ ਦੀ ਓਟ ਹੈ ਅਤੇ ਸੰਤਾਂ ਦੀ ਓਟ ਜੀਵ ਪਕੜਦੇ ਆ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਕਹਿੰਦੇ ਨੇ ਸੰਤ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਅਸੀਂ ਸੰਤਾਂ ਦੀ ਧੂੜੀ ਹਾਂ ਉਹਨਾਂ ਦੇ ਚਰਨਾਂ 'ਚ ਰਹਿੰਦੇ ਹਾਂ ਅਤੇ ਸਾਡੀ ਓਟ ਉਹਨਾਂ ਦੇ ਆ ਸੰਤ ਹਮਾਰੀ ਓਟ ਸਤਾਣੀ ਸਾਡੀ ਜਿਹੜੀ ਸਤਾ ਹੈ ਅੱਜ BJP ਦੀ ਸਤਾ ਜਾਂ ਆਮ ਆਦਮੀ ਦੀ ਜਾਂ ਅਕਾਲੀ ਜਾਂ ਕਾਂਗਰਸ ਦੀ ਸਤਾ ਸਾਡੀ ਜਿਹੜੀ ਸਤਾਣੀ ਹੈ ਸਤਾ ਹੈ ਉਹ ਸੰਤਾਂ ਦੀ ਮਹਾਂਪੁਰਖਾਂ ਦੀ ਓਟ ਹੈ ਸਾਨੂੰ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਗਹਿਣਾ ਮਹਾਂਪੁਰਖ ਨੇ ਕਹਿੰਦੇ ਨੇ ਆਪਦੀ ਜ਼ਿੰਦਗੀ ਦਾ ਗਹਿਣਾ ਬਣਾ ਕੇ ਰੱਖੋ ਵੀ ਆਹ ਪੁਰਾਣੇ ਸੰਤਾਂ ਦੀ ਸੰਗਤ ਕਰਦਾ ਅਸੀਂ ਜਿੰਨੇ ਬੈਠੇ ਆ ਸਾਡਾ ਗਹਿਣਾ ਹੈ ਬਾਬਾ ਮਾਹਰਨਾਮ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਪਿੱਛੋਂ ਵਾਲੇ ਬਾਬਾ ਖੇਮ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਇਹ ਸਾਡਾ ਗਹਿਣਾ ਹੈ ਸੰਤਾਂ ਦੀ ਜਿਹੜੀ ਓਟ ਅਸੀਂ ਲਈਏ ਇਹਨਾਂ ਦਾ ਧਿਆਨ ਧਰ ਕੇ ਅਸੀਂ ਅਰਦਾਸ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਮਹਾਰਾਜ ਸਾਡਾ ਇਹ ਕਾਰਜ ਸਵਾਰ ਦਿਓ ਕਹਿੰਦੇ ਸੰਤਾਂ ਦੀ ਓਟ ਲੈਣੀ ਓਟ ਸਤਾਣੀ ਸੰਤ ਹੀ ਦਰਗਾਹੀ ਦਾਤਾਂ ਪੂੰਜੀ ਬਖਸ਼ਦੇ ਆ ਨਿਤਨੇਮ ਦੀ ਸਿਮਰਨ ਦੀ ਪਾਠ ਪੂਜਾ ਦੀ ਸੰਤ ਸਾਡਾ ਧੋਖਾ ਦੂਰ ਕਰ ਦਿੰਦੇ ਆ ਨਹੀਂ ਤਾਂ ਧੋਖੇ 'ਚ ਚਲੇ ਜਾਈਏ ਹੁਣੇ ਇਹ ਪੜ੍ਹ ਰਹੇ ਸੀ ਅਹੋਂ ਬੁੱਧ ਕਰਮ ਕਮਾਵਣੇ ਪੜ੍ਹੇ ਹੋਏ ਪੰਕਤੀ ਅਹੋਂ ਬੁੱਧ ਕਰਮ ਕਮਾਵਣੇ ਹੁਣੇ ਪੜ੍ਹਦੇ ਪਏ ਸੀ ਪਹਿਲੋਂ ਤੇ ਸਮੇਂ ਅਹੰ ਬੁੱਧ ਕਰਮ ਕਮਾਵਣੇ ਗ੍ਰਹਿ ਬਾਲੂ ਨੀਰ ਬਹਾਵਣੇ
ਪ੍ਰਭ ਕਿਰਪਾਲ ਕਿਰਪਾ ਕਰੇ ਨਾਨਕ ਨਾਮ ਨਾਨਕ ਸਾਧੂ ਸੰਗ ਮਿਲੇ ਦਾ ਮਤਲਬ ਹੈ ਕਰਮ ਹੁੰਦੇ ਜਿਹੜੇ ਚੰਗੇ ਚੰਗੇ ਕੰਮ ਕਰਨੇ, ਕੋਈ ਸੇਵਾ ਸ਼ੁਰੂ ਕਰਤੀ, ਕੋਈ ਲੰਗਰ ਪਾਣੀ ਸ਼ੁਰੂ ਕਰਤਾ, ਕੋਈ ਰਾਸ਼ਨ ਵੰਡਣਾ, ਕੋਈ ਦਾਨ ਦੇਣਾ। ਪਰ ਗੁਰੂ ਸਾਹਿਬ ਕਹਿੰਦੇ ਲੋਕ ਅਹੋਂ ਬੁੱਧ ਕਰਮ ਕਮਾਉਂਦੇ ਨੇ ਕਿ ਮੈਂ ਸੇਵਾ ਕਰ ਰਿਹਾ ਜੀ, ਮੈਂ ਦਾਨ ਕਰ ਰਿਹਾ, ਮੈਂ ਗੁਰਦੁਆਰਾ ਬਣਾਇਆ ਹੈ, ਮੈਂ ਜ਼ਮੀਨ ਦਾਨ ਕੀਤੀ ਹੈ, ਮੈਂ ਇੰਨਾ ਦਸਵੰਧ ਕੱਢਦਾ, ਆਹ ਜਿਹੜਾ ਕੰਮ ਮੈਂ ਕੀਤਾ ਹੈ। ਕਿਉਂਕਿ ਗੁਰਦੁਆਰਿਆਂ 'ਚ, ਮੰਦਰਾਂ 'ਚ, ਸਭ ਥਾਈਂ ਲੋਕ ਪੈਸੇ ਦੇ ਕੇ ਆਪਦੀ ਪਲੇਟ ਲਾਉਂਦੇ ਆ ਕਿ ਸਾਡੇ ਨਾਮ ਦਾ ਇੱਥੇ ਲੱਗ ਜੇ, ਅਰਦਾਸਾਂ ਆਪਦੇ ਨਾਮ 'ਤੇ ਕਰਾਉਂਦੇ ਆ। ਉਹ ਕਹਿੰਦੇ ਅਹੋਂ ਬੁੱਧ ਕਰਮ ਨੇ, ਉਹਦਾ ਫਲ ਨਹੀਂ ਮਿਲਦਾ, ਉਹਦਾ ਫਲ ਹੰਕਾਰ ਹਉਮੈ ਲੈ ਜਾਂਦੀ। ਅਹੋਂ ਬੁੱਧ ਕਿ ਮੈਂ ਆਹ ਕੋਈ ਦਾਨ ਕਰ ਰਿਹਾ, ਮੈਂ ਪੋਥੀਆਂ ਵੰਡਦਾ, ਮੈਂ ਬੱਚੇ ਪੜ੍ਹਾਉਣਾ, ਮੈਂ ਸਕੂਲ ਬਣਾਏ ਹੋਏ ਨੇ ਇੰਨੇ, ਮੈਂ ਇੰਨੇ ਲੰਗਰ ਲਾਏ ਹੋਏ ਨੇ, ਮੈਂ ਇੰਨਾ ਰਾਸ਼ਨ ਦੇਣਾ। ਗੁਰੂ ਸਾਹਿਬ ਕਹਿੰਦੇ ਸਾਰਾ ਹਉਮੈ 'ਚ ਚਲਾ ਗਿਆ, ਇਹਦਾ ਫਲ ਨਹੀਂ। ਇਹਦੇ ਤੋਂ ਬਚਣਾ ਹੈ, ਹਉਮੈ ਤੋਂ ਬਚਣਾ ਹੈ। ਸਾਰਾ ਕੁਝ ਗੁਰੂ ਦਾ ਹੈ, ਆਪਾਂ ਤਾਂ ਥੋੜ੍ਹਾ ਸੁਣਨਾ ਕਰਕੇ ਦਾਨ ਹੋਮੇ ਕਰ ਲਾਂਗੇ। ਰਾਜਾ ਰਣਜੀਤ ਸਿੰਘ ਬੰਦਗੀ ਵਾਲਾ ਸੀ, ਉਹਨੇ ਸਾਰੇ ਹਰਿਮੰਦਰ ਸਾਹਿਬ ਨੂੰ ਸੋਨੇ 'ਚ ਮਾੜਤਾ। ਇੱਕ ਉਹਨੇ ਹਿੰਦੂਆਂ ਦਾ ਮੰਦਰ ਸੋਨਾ ਓਨਾ ਹੀ ਲਾਇਆ, ਓਨਾ ਹੀ ਉਹਨੇ ਮੁਸਲਮਾਨਾਂ ਦੇ ਲਾਇਆ, ਕਿ ਇਹ ਨਾ ਹੋਏ ਕਿ ਅਸੀਂ ਸਿੱਖ ਰਾਜਾ ਹੋ ਕੇ ਸਿੱਖਾਂ ਦੀ ਲਾਇਆ। ਦਾਨ ਕਰਨੇ ਅਤੇ ਉੱਤੇ ਆਪਦੀ ਹੋਮੇ ਦੀ ਪੱਟੀ ਲਿਖਾ ਦੇਣੀ। ਉਹਨੇ ਲਿਖਾਈ ਇਹ ਰਣਜੀਤ ਸਿੰਘ ਨੇ ਕਿ ਗੁਰੂ ਸਾਹਿਬ ਨੇ ਆਪਣਾ ਨਿਮਾਣਾ ਸੇਵਕ ਜਾਣ ਕੇ ਹਰਿਮੰਦਰ ਸਾਹਿਬ ਨੂੰ ਸਾਰੇ ਨੂੰ ਸੋਨਾ ਲਾਉਣ ਦੀ ਸੇਵਾ ਆਪਣੇ ਦਾਸਰੇ ਤੋਂ ਲਈ, ਰਣਜੀਤ ਸਿੰਘ ਤੋਂ।
ਉਹਦਾ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਧਰਿਆ ਵੀ ਹਉਮੈ ਤੋਂ ਬਚ ਜਾਈਏ। ਸੰਤਾਂ ਮਹਾਂਪੁਰਸ਼ਾਂ ਦੀ ਓਟ ਬੜੀ ਜ਼ਰੂਰੀ ਹੈ ਆਸਰਾ। ਸੰਤ ਬਣਾਲਾ ਗਹਿਣਾ ਜਿੰਦੇ ਨਹੀਂ, ਪੜ੍ਹੋ ਪੜ੍ਹਿਓ। ਸੰਤਾਂ ਨੂੰ ਬਣਾ ਲੈ ਗਹਿਣਾ ਜੀਵਨ ਦੇ ਉਦਾਰ ਵਾਸਤੇ, ਜਿੰਦੇ ਸੰਤਾਂ ਨੂੰ ਬਣਾ ਲੈ ਗਹਿਣਾ ਜੀਵਨ ਦੇ ਉਦਾਰ ਵਾਸਤੇ। ਸਭ ਤੋਂ ਲੇਖਾ ਪੁੱਛਦਾ ਜਦੋਂ ਮਰ ਕੇ ਬੰਦਾ ਜਾਂਦਾ, ਉਹ ਰੋਟੀ ਧਰਮ ਰਾਜ ਦੀ ਉਹਨੇ ਹਿਸਾਬ, ਉਹਨੇ ਨਰਕਾਂ 'ਚ ਸਵਰਗਾਂ 'ਚ ਕਿੱਥੇ ਭੇਜਣਾ ਉਸੇ ਨੇ। ਕਹਿੰਦੇ ਨੇ ਧਰਮ ਰਾਜ ਨੂੰ ਇੱਕ ਹੁਕਮ ਹੈ ਕਿ ਜੇ ਮਹਾਂਪੁਰਸ਼ਾਂ ਦਾ ਨਾਮ ਆ ਜਾਵੇ ਨਾ ਤਾਂ ਧਰਮ ਰਾਜ ਤੂੰ ਲੇਖਾ ਨਹੀਂ ਪੁੱਛਣਾ। ਉਹ ਕਹਿੰਦੇ ਨਾ ਮਿਲ ਗਏ ਸੰਤ ਪਿਆਰੇ ਲੇਖਾ ਪਾੜ ਗਿਆ, ਧਰਮ ਰਾਜ ਲੇਖਾ ਨਹੀਂ ਮੰਗਦਾ ਉਹਦੇ ਤੋਂ। ਤੂੰ ਕਿਹੜੇ ਮਹਾਂਪੁਰਖਾਂ ਦਾ ਸੰਗੀ ਹੈ? ਜੇ ਉਹਨੇ ਕਿਹਾ ਨਾ ਮੈਂ ਬਾਬਾ ਆਨੰਦ ਸਿੰਘ ਜੀ ਦਾ ਸੰਗੀ ਹਾਂ, ਤਾਂ ਧਰਮ ਰਾਜ ਉੱਠ ਕੇ ਮੱਥਾ ਟੇਕੇਗਾ, ਲੇਖਾ ਨਹੀਂ ਪੁੱਛੇਗਾ। ਜੇ ਕਿਹਾ ਮੈਂ ਪੁੱਛੋ ਵਾਲੇ ਬਾਬਾ ਜੀ ਦਾ ਸੰਗੀ ਹਾਂ, ਪੁੱਛੋ ਵਾਲੇ ਤਾਂ ਆਵਾਜ਼ ਮਾਰ ਕੇ ਕਹਿ ਦਿੰਦੇ ਸੀ ਧਰਮ ਰਾਜ ਲੇਖਾ ਪਾੜਦੇ ਇਹਨਾਂ ਦਾ। ਇੱਕ ਨਾ ਅੱਜ ਤੋਂ 12 ਸਾਲ ਪਹਿਲੋਂ ਜਾਂ ਸਾਨੂੰ ਜਦੋਂ ਪੁੱਛੋ ਸਾਹਿਬ ਦੀ ਸੇਵਾ ਮਿਲੀ, ਅਤੇ ਇੱਕ ਗੁਰਮੁਖ ਪਿਆਰਾ ਓਂਕਾਰ ਸਿੰਘ ਹੈ, ਉਹਦਾ ਪਿੰਡ ਘਰ ਬਾਰ ਹੈਗਾ ਹੈ ਕਪੂਰਥਲੇ 'ਚ। ਉਹ ਓਂਕਾਰ ਸਿੰਘ ਨੇ ਸੁਣਾਈ ਸਾਖੀ, ਕਹਿੰਦਾ ਵੀ ਮੈਂ ਅਤੇ ਮੇਰੀ ਘਰਵਾਲੀ ਅਸੀਂ ਹੁਣ ਬਾਹਰਲੇ ਦੇਸ਼, ਪਤਾ ਨਹੀਂ ਕਿਹੜੇ ਦੇਸ਼ ਨੇ, ਉੱਥੇ ਬਹੁਤ ਪੈਸਾ ਕਮਾਉਂਦੇ, ਘਰ ਘੁਰ ਬੜਾ ਵਧੀਆ ਬਣਾ ਲਿਆ। ਕਹਿੰਦੇ ਅਸੀਂ ਕਪੂਰਥਲੇ ਦੇ ਹਾਂ, ਅਤੇ ਕਹਿੰਦਾ ਵੀ ਮੈਂ ਹਰੇਕ ਬਰਸੀ 'ਤੇ ਬਾਬਾ ਮਹਾਰਨਾਮ ਸਿੰਘ ਦੀ ਬਰਸੀ 'ਤੇ ਹਾਜ਼ਰੀ ਲਾਉਂਦਾ ਸੀ, ਅਤੇ ਜਿਹੜੀ ਬੇਨਤੀ ਕਰਨੀ ਮਨ ਵਿੱਚ ਓਟ ਸੀ ਸੰਤਾਂ ਦੀ, ਪੁੱਛੋ ਵਾਲਿਆਂ ਦੀ, ਬਾਬਾ ਖੇਮ ਸਿੰਘ ਮਹਾਰਾਜ ਜੀ ਦੀ ਸ਼ਰਨ ਲਈ ਸੀ, ਓਟ ਲਈ ਸੀ, ਜਿਹੜੀ ਬੇਨਤੀ ਕਰਨੀ ਬਾਬਾ ਜੀ ਕੋਲ ਜਾ ਕੇ ਪੁੱਛੋ ਕਰਨੀ। ਕਹਿੰਦਾ ਇੱਕ ਵਾਰੀ ਬਰਸੀ ਦੀ ਗੱਲ ਏ, ਅਤੇ ਮੈਂ ਸੋਚਿਆ ਹੋਇਆ ਸੀ ਵੀ ਬਾਬੇ ਮਹਾਰਨਾਮ ਸਿੰਘ ਦੀ ਬਰਸੀ ਏ, ਅਤੇ ਬਰਸੀ 'ਤੇ ਮੈਂ ਜਾਵਾਂਗਾ ਬਾਬਾ ਖੇਮ ਸਿੰਘ ਜੀ ਕੋਲ ਪੁੱਛੋ।
ਅਤੇ ਜਾ ਕੇ ਮੈਂ ਬੇਨਤੀ ਕਰਾਂਗਾ, ਬਾਬਾ ਜੀ ਸਾਡੇ ਪਰਿਵਾਰ ਦਾ ਸਾਡਾ ਵੀਜ਼ਾ ਲੱਗ ਜੇ ਸਾਰਿਆਂ ਦਾ, ਅਤੇ ਅਸੀਂ ਬਾਹਰ ਚਲੇ ਜਾਈਏ, ਅਮਰੀਕਾ ਵਿੱਚ ਸ਼ਾਇਦ ਓਂਕਾਰ ਸਿੰਘ ਕਪੂਰਥਲੇ ਦਾ, ਭਾਵੇਂ ਉਹ ਸੁਣਦਾ ਵੀ ਇਹ ਦੀਵਾਨ, ਬਾਹਰ ਸਾਡਾ ਵੀਜ਼ਾ ਲੱਗ ਜਾਏ। ਪਰ ਇੰਨੀਆਂ ਮਜਬੂਰੀਆਂ ਪੈ ਗਈਆਂ, ਇੰਨੀਆਂ ਰੁਕਾਵਟਾਂ ਪੈ ਗਈਆਂ ਕਿ ਓਂਕਾਰ ਸਿੰਘ ਬਰਸੀ 'ਤੇ ਆ ਨਾ ਸਕੇ, ਅਤੇ ਬੜਾ ਮਨ 'ਚ ਵਿਰਾਗ ਕਰਨ ਲੱਗਾ, ਬਾਬਾ ਜੀ ਰੁਕਾਵਟਾਂ ਹੀ ਇੰਨੀਆਂ ਪੈ ਗਈਆਂ, ਮੈਂ ਬਰਸੀ 'ਤੇ ਨਹੀਂ ਪਹੁੰਚ ਸਕਿਆ। ਬਰਸੀ ਬਾਬੇ ਮਾਨ ਰਾਮ ਸਿੰਘ ਦੀ ਬਰਸੀ 'ਤੇ ਹਾਜ਼ਰੀ ਲਾਉਣੀ ਸੀ, ਹਰ ਸਾਲ ਲਾਈ ਦੀ, ਇਸ ਸਾਲ ਜਾ ਕੇ ਦਾਤ ਮੰਗਣੀ ਸੀ ਕਿ ਸਾਡੇ ਪਰਿਵਾਰ ਦਾ ਵੀਜ਼ਾ ਲੱਗ ਜੇ, ਅਸੀਂ ਬਾਹਰ ਪਹੁੰਚ ਜਾਈਏ। ਅਤੇ ਨਾਲ ਬਾਬਾ ਜੀ ਦੀ ਉਹ ਸੰਗਤ ਕਰਦਾ ਸੀ। ਜਦੋਂ ਬਾਬਾ ਖੇਮ ਸਿੰਘ ਮਹਾਂਪੁਰਸ਼ਾਂ ਕੋਲੋਂ ਉਹਨੇ ਆਉਣਾ, ਸਾਲ ਬਾਅਦ ਉਹਨੇ ਦਰਸ਼ਨ ਮੇਟਾ ਕਰਨੇ, ਦਸਵੰਧ ਰੱਖਣਾ, ਭੇਟਾ ਦੇਣੀ ਆਪਦੀ, ਜਿਹੜਾ ਵੀ ਕੰਮ ਕਰਦਾ ਸੀ। ਇੱਕ ਵਾਰ ਬੇਨਤੀ ਕੀਤੀ ਕਿ ਬਾਬਾ ਜੀ ਲੋਕ ਪ੍ਰਲੋਕ ਵਿੱਚ ਕਿਵੇਂ ਸਾਡੀ ਰੱਖਿਆ ਹੋ ਸਕਦੀ ਹੈ, ਕਿਵੇਂ ਅਸੀਂ ਕਲਯੁੱਗ ਦੀ ਮਾਰ ਤੋਂ ਬਚ ਸਕਦੇ ਹਾਂ। ਬਾਬਾ ਜੀ ਕਹਿੰਦੇ ਵੀ ਓਂਕਾਰ ਸਿੰਘ ਤੂੰ ਕਲਗੀਧਰ ਪਾਤਸ਼ਾਹ ਦੀ ਅੰਮ੍ਰਿਤ ਦੀ ਦਾਤ ਲੈ ਲਾ, ਅੰਮ੍ਰਿਤ ਛਕ ਲਾ, ਪਰਿਵਾਰ ਨੂੰ ਵੀ ਛਕਾ ਦੇ। ਜਿਹੜਾ ਅੰਮ੍ਰਿਤ ਛਕ ਲਏਗਾ ਨਾ, ਉਸ ਪਰਿਵਾਰ ਦਾ ਫਿਰ ਰਾਖਾ ਕਲਗੀਆਂ ਵਾਲਾ ਹੈ, ਉਸ ਪਰਿਵਾਰ ਨੂੰ ਫਿਰ ਤੱਤੀ ਹਵਾ ਨਹੀਂ ਲੱਗਦੀ, ਉਸ ਪਰਿਵਾਰ ਦੇ ਰਾਖਾ ਆਪ ਕਾਲ ਪੁਰਖੇ ਜਿਹੜਾ ਅੰਮ੍ਰਿਤ ਛਕ ਲਵੇ, ਨਿਤਨੇਮ ਕਰ ਲਵੇ, ਗੁਰੂ ਦਾ ਬਣ ਜਾਵੇ। ਉਹਨਾਂ ਨੇ ਭਾਈ ਪਰਿਵਾਰ ਨੇ ਅੰਮ੍ਰਿਤ ਛਕ ਲਿਆ ਨਾਨਕ ਸਰੋ ਪੂਰਨਮਾਸ਼ੀ ਤੋਂ ਦੂਜੇ ਦਿਨ, ਅੰਮ੍ਰਿਤ ਛਕ ਕੇ ਫਿਰ ਆਪਦੇ ਕਾਰੋਬਾਰ ਕਰਨ ਲੱਗੇ। ਹੁਣ ਉਹਨੇ ਬਰਸੀ 'ਤੇ ਦਸਵੰਧ ਲੈ ਕੇ ਆਉਣਾ ਸੀ, ਨਾਲ ਉਹਨੇ ਬੇਨਤੀ ਕਰਨੀ ਸੀ ਕਿ ਬਾਬਾ ਜੀ ਸਾਡਾ ਵੀਜ਼ਾ ਲੱਗ ਜੇ, ਪਰ ਆ ਨਾ ਸਕਿਆ। ਇੱਧਰ ਬਰਸੀ ਮਨਾਈ ਜਾ ਰਹੀ ਹੈ, ਇੱਧਰ ਉਹਨੂੰ ਖਿੱਚ ਪੈ ਰਹੀ। ਉਦੋਂ ਲਾਈਵ ਪ੍ਰੋਗਰਾਮ ਨਹੀਂ ਆਉਂਦਾ ਸੀ ਬਰਸੀ ਦਾ ਨਾ ਮੋਬਾਈਲ 'ਤੇ, ਇਹਨੂੰ ਖਿੱਚ ਪੈ ਰਹੀ ਕਿ ਮੈਂ ਬਰਸੀ 'ਤੇ ਜਾਣਾ ਸੀ, ਪਰ ਰਹਿ ਗਿਆ। ਮਹਾਂਪੁਰਖਾਂ ਦੀ ਬਰਸੀ ਅਤੇ ਬੜਿਆਂ 'ਤੇ ਕਿਰਪਾ ਹੋ ਜਾਂਦੀ ਹੈ। ਰੱਬ ਨਿਰੰਕਾਰ ਸਰੂਪ ਨੇ ਸੰਤ, ਸੰਤਾਂ ਦੀ ਓਟ ਵੀ ਸੰਤਾਂ ਨੂੰ ਗਹਿਣਾ ਬਣਾ ਕੇ ਰੱਖੋ। ਸੰਤਾਂ ਨੇ ਪੂੰਜੀ ਦਿੱਤੀ ਨਾਮ ਦੀ, ਨਹੀਂ ਤਾਂ ਸਾਡਾ ਮਾੜਾ ਹਾਲ ਹੋ ਜਾਂਦਾ। ਹੁਣ ਧਰਮ ਰਾਏ ਆਪ ਕਹਾਂ ਕਰੇਗਾ ਜੋ ਫਾਟਿਓ ਸਗਲੋ ਲਿਖ। ਉਹ ਕਹਿੰਦਾ ਵੀ ਮੈਂ ਬਿਰਾਗ ਕਰਦਾ ਕਰਦਾ ਨਾ, ਬਰਸੀ ਦੀ ਰਾਤ ਇੱਕੋ ਹੀ ਹੁੰਦੀ ਸੀ ਦੀਵਾਨ ਰਹਿਣ ਸਵਾਈ, ਸੰਗਤ ਸਾਰੀ ਚਲੀ ਗਈ, ਮੈਂ ਰਹਿ ਗਿਆ। ਵਿਰਾਗ ਕਰਦਾ ਕਰਦਾ ਮੈਂ ਰਾਤ ਸੌਂ ਗਿਆ। ਸੁੱਤੇ ਪੈਣ ਨੂੰ ਸੁਪਨਾ ਕੀ ਆਇਆ ਹੈ ਕਿ ਮੈਂ ਬਰਸੀ 'ਤੇ ਪਹੁੰਚ ਗਿਆ,
ਬੜੀਆਂ ਰੌਣਕਾਂ ਨੇ, ਬੜੇ ਜਥੇ ਲੱਗ ਰਹੇ ਨੇ। ਬਾਬਾ ਖੇਮ ਸਿੰਘ ਜੀ ਮਹਾਰਾਜ ਪ੍ਰਸ਼ਾਦ ਦੇ ਰਹੇ ਨੇ ਅਤੇ ਕਹਿੰਦਾ ਮੈਂ ਬਾਬਾ ਖੇਮ ਸਿੰਘ ਜੀ ਕੋਲ ਪਹੁੰਚ ਗਿਆ, ਖਿੱਚ ਸੀ ਬਰਸੀ 'ਤੇ ਜਾਣਾ ਏ, ਰਹਿ ਗਏ ਆ ਪੜ੍ਹ ਲਓ। ਪਰ ਪਰ ਗੱਡੀਆਂ ਪੁੱਛੋ ਸਾਹਿਬ ਚੱਲੀਆਂ, ਅਤੇ ਕਹਿੰਦੇ ਉਹਨੇ ਕਿਹਾ ਵੀ ਲੜਕੀ ਖਹਿੜਾ ਕਰਦੀ ਸੀ ਕਿ ਸਾਰੀਆਂ ਸੰਗਤਾਂ ਚੱਲੀਆਂ ਨੇ ਬਾਬਾ ਜੀ ਦੇ ਦਰਬਾਰ 'ਤੇ, ਅਤੇ ਮੈਂ ਵੀ ਜਾਣਾ ਸੰਗਤਾਂ ਦੇ ਨਾਲ। ਸਾਰੇ ਪੜ੍ਹ ਲਓ। ਓ ਜੀ ਭਰ ਭਰ ਗੱਡੀਆਂ ਨਾਨਕ ਸਾਰ ਚੱਲੀਆਂ, ਭਰ ਭਰ ਗੱਡੀਆਂ ਨਾਨਕ ਸਾਹਿਬ ਚੱਲੀਆਂ, ਭਰ ਭਰ ਗੱਡੀਆਂ ਪੁੱਛੋ ਸਾਹਿਬ ਚੱਲੀਆਂ, ਭਰ ਭਰ ਗੱਡੀਆਂ ਪੁੱਛੋ ਸਾਹਿਬ ਚੱਲੀਆਂ, ਪੁੱਛੋ ਸਾਹਿਬ ਚੱਲੀਆਂ, ਭਰ ਭਰ ਗੱਡੀਆਂ ਪੁੱਛੋ ਸਾਹਿਬ ਚੱਲੀਆਂ, ਬਸ ਉਹਨਾਂ ਦੀ ਕਥਾ ਉਹ ਹੈ ਜਿਹੜੇ ਗੁਰੂ ਅਰਜਨ ਦੇਵ ਜੀ ਵੀ ਹੈਰਾਨ ਹੋ ਗਏ, ਕਹਿਣ ਲੱਗੇ ਅਗਮ ਅਗਾਧ ਪਾਰ ਬ੍ਰਹਮ ਸੋਏ। ਰੱਬ ਤਾਂ ਅਗਮ ਅਗਾਧ ਹੁੰਦੀ, ਕੋਈ ਗਤੀ ਨੂੰ ਜਾਣਦਾ ਨਹੀਂ, ਜੋ ਜੋ ਕਹੇ ਸੋ ਮੁਕਤਾ ਹੋਏ। ਪਰ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸੁਣ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਅਸ਼ਚਰਜ ਕਥਾ। ਮੇਰੇ ਮਿੱਤਰਾ ਸੁਣ, ਮੈਂ ਬੇਨਤੀ ਕਰਦਾ ਵੀ ਸੁਣ, ਮਹਾਂਪੁਰਸ਼ਾਂ ਦੀ ਬੜੀ ਕਥਾ ਅਸ਼ਚਰਜ ਕਰਨ ਵਾਲੀ, ਕਮਾਲੀ। ਸਾਖੀਆਂ ਪੜ੍ਹੋ ਬਾਬਾ ਜੀ ਦੀਆਂ, ਸਾਜਨਾ ਕੀ ਅਸ਼ਚਰਜ ਕਥਾ ਹੈਰਾਨ ਕਰਕੇ ਰੱਖ ਦਿੰਦੀ। ਇਹ ਗੁਰਮੁਖ ਪਿਆਰਾ ਰਾਤ ਸੌਂ ਗਿਆ, ਸੁਪਨੇ 'ਚ ਪੁੱਛੋ ਸਾਹਿਬ ਆ ਗਿਆ, ਸੰਗਤਾਂ ਵੇਖੀਆਂ, ਦੀਵਾਨ ਵੇਖਿਆ, ਰੌਣਕ ਵੇਖੀ, ਬਾਬਾ ਜੀ ਦੇ ਕੋਲ ਚਲਾ ਗਿਆ ਸੁਪਨੇ 'ਚ, ਜਾ ਕੇ ਮੱਥਾ ਟੇਕਿਆ ਅਤੇ ਬਾਬਾ ਜੀ ਨੂੰ ਕਹਿੰਦਾ ਵੀ ਬਾਬਾ ਜੀ, ਕਹਿੰਦਾ ਦਸਵੰਦ ਵੀ ਸੁਪਨੇ 'ਚ ਰੱਖਿਆ, ਪ੍ਰਸ਼ਾਦ ਵੀ ਰੱਖਿਆ। ਬਾਬਾ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਮੈਂ ਅਸੀਂ ਬਾਹਰਲੇ ਦੇਸ਼ ਜਾਣਾ ਪਰਿਵਾਰ ਸਾਰੇ ਨੇ,
ਅਤੇ ਸਾਡਾ ਵੀਜ਼ਾ ਲੱਗ ਜੇ ਅਤੇ ਬਾਬਾ ਖੇਮ ਸਿੰਘ ਜੀ ਕਹਿੰਦੇ ਭਾਈ ਉਹ ਗੱਦੀ ਸਾਹਿਬ ਹੈ ਸਾਹਮਣੇ, ਉੱਥੇ ਕਮਰਾ ਜਿਹਦੇ ਅੰਦਰ ਬੱਤੀ ਨਹੀਂ ਜਾਗਦੀ। ਕਿਸੇ ਬਿਰਲਿਆਂ ਨੂੰ, ਕਈਆਂ ਨੂੰ ਨਹੀਂ ਪਤਾ ਉਸ ਕਮਰੇ ਬਾਰੇ, ਉਹ ਬੜਾ ਹੀ ਸ਼ਕਤੀ ਵਾਲਾ, ਕਿੰਨਾ ਵੀ ਕਹਿ ਲਓ ਸਮਝ ਲਓ ਕਿ ਸਾਰੀ ਧਰਤੀ ਦਾ ਵਿਕੁੰਠ ਉਸ ਕਮਰੇ 'ਚ ਸਮਾਇਆ ਹੋਇਆ। ਅਤੇ ਰਾਜੇ ਮਹਾਰਾਜੇ ਵੀ ਉੱਥੋਂ ਦਾਤ ਮੰਗਦੇ ਆ। ਕੈਪਟਨ ਸਾਹਿਬ ਨੇ ਸੁਣਾਇਆ ਜਦੋਂ ਆਏ, ਕਹਿੰਦਾ ਮੈਂ ਪਹਿਲੀ ਵਾਰੀ ਜਦੋਂ ਬਾਬਾ ਜੀ ਕੋਲ ਆਇਆ ਨਾ, ਬਾਬਾ ਖੇਮ ਸਿੰਘ ਜੀ ਕਹਿੰਦੇ ਬਾਬਾ ਮਹਾਰਨਾਮ ਸਿੰਘ ਦੇ ਕਮਰੇ 'ਚ ਅਰਦਾਸ ਕਰ ਲਾਂ। ਕਹਿੰਦਾ ਮੈਨੂੰ ਜ਼ਿੰਦਗੀ ਭਰ ਵਿੱਚ ਐਸਾ ਕੌਤਕ ਮੇਰੇ ਨਾਲ ਨਹੀਂ ਹੋਇਆ ਜਿਹੜਾ ਉਸ ਕਮਰੇ ਵਿੱਚ ਹੋਇਆ। ਮੇਰਾ ਸਰੀਰ ਚਰਨਾਹਟ ਛਿੜ ਗਈ, ਜਿਵੇਂ ਕੋਈ ਬੜੀ ਵੱਡੀ ਸ਼ਕਤੀ ਇੱਥੇ ਬਿਰਾਜਮਾਨ ਹੈ। ਦਿਸੇ ਦਿਸਦੇ ਨਹੀਂ ਪਰ ਰਹਿੰਦੇ ਵਰਤਦੇ ਸਾਰਿਆਂ ਵਿੱਚ, ਮਹਾਂਪੁਰਸ਼ਾਂ ਦੀ ਕਹਿੰਦੇ ਸੰਤ ਰਹਿਤ ਸੁਣੋ ਮੇਰੇ ਭਾਈ। ਸੰਤਾਂ ਦੀ ਜਿਹੜੀ ਗੱਲ ਹੈ ਨਾ, ਮੇਰੇ ਭਾਈ ਸੁਣ, ਗੁਰੂ ਗ੍ਰੰਥ ਸਾਹਿਬ ਨੇ ਇੱਕ ਇੱਕ ਅੱਖਰ ਲਿਖਿਆ ਹੋਇਆ ਮਹਾਂਪੁਰਖਾਂ ਬਾਰੇ। ਉਹਾਂ ਕੀ ਮਹਿਮਾ ਕਥਨ ਨਾ ਜਾਈ, ਉਹਨਾਂ ਦੀ ਮਹਿਮਾ ਬਿਆਨ ਨਹੀਂ ਹੋ ਸਕਦੀ, ਉਸ ਤੋਂ ਵੀ ਜ਼ਿਆਦਾ ਹੈ। ਬਾਬਾ ਖੇਮ ਸਿੰਘ ਜੀ ਕਹਿੰਦੇ ਉਹ ਬਾਬਾ ਜੀ ਦੇ ਅੱਗੇ ਅਰਦਾਸ ਕਰ ਗੱਦੀ ਸਾਹਿਬ ਦੇ। ਕਹਿੰਦਾ ਮੈਂ ਗੱਦੀ ਸਾਹਿਬ ਦੇ ਬਾਹਰ ਖੜ੍ਹ ਕੇ ਅਰਦਾਸ ਕਰਨ ਲੱਗਾ, ਅੰਦਰ ਨਹੀਂ ਜਾਈਦਾ ਸੀ, ਛੋਟਾ ਜਿਹਾ ਫੱਟਾ ਜਿਹਾ ਰੱਖਿਆ ਹੋਇਆ ਸੀ ਅੱਗੇ ਜੰਗਲਾਂ ਜਿਹਾ। ਅਤੇ ਮੈਂ ਜਦੋਂ ਕਹਿੰਦਾ ਅਰਦਾਸ ਕਰਨ ਲੱਗਾ ਤਾਂ ਅੰਦਰੋਂ ਬਾਬਾ ਮਹਾਰਨਾਮ ਸਿੰਘ ਜੀ ਬੋਲ ਪਏ, ਓਂਕਾਰ ਸਿੰਘ ਅੰਦਰ ਆਇਆ। ਕਹਿੰਦਾ ਜਦੋਂ ਮੈਂ ਅੰਦਰ ਵੜਿਆ, ਇੱਧਰੋਂ ਬਾਬਾ ਖੇਮ ਸਿੰਘ ਜੀ ਬੋਲ ਪਏ, ਉਹ ਭਾਈ ਰੁਕ ਅੰਦਰ ਨਹੀਂ ਜਾਣਾ। ਕਹਿੰਦਾ ਉੱਧਰੋਂ ਬਾਬਾ ਮਹਾਰਨਾਮ ਸਿੰਘ ਜੀ ਬੋਲ ਪਏ, ਖੇਮ ਸਿੰਘ ਆਉਣ ਦੇ ਅੰਦਰ ਇਹਨਾਂ ਨੂੰ ਐਵੇਂ ਵਰਤ ਰਹੀ ਹੈ ਬਾਬਾ ਖੇਮ ਸਿੰਘ ਸੁਪਨਾ। ਉਹਨੇ ਬਾਬਾ ਖੇਮ ਸਿੰਘ ਨੂੰ ਬੇਨਤੀ ਕੀਤੀ, ਉਹਨਾਂ ਨੇ ਗਾਂ ਉਹ ਬਾਬਾ ਜੀ ਕੋਲ ਗੱਦੀ ਸਾਹਿਬ 'ਤੇ ਬੇਨਤੀ ਕਰ ਲਾ, ਵਿਚੋਲੇ ਆ ਸੰਤ, ਕੋਈ ਵਿਚੋਲਾ ਹੋਵੇ ਤਾਂ ਆਣ ਮਿਲਾਵੇ। ਬਾਣੀ ਨੇ ਵੀ ਬੰਨਿਆ ਕਿ ਕੋਈ ਵਿਚੋਲਾ ਬਣ ਜੇ ਤਾਂ ਮਿਲਾ ਦਿੰਦਾ। ਬਾਬਾ ਖੇਮ ਸਿੰਘ ਜੀ ਕਹਿੰਦੇ ਬਾਬਾ ਅੱਜ ਬਾਬੇ ਮਾਨ ਪੁੱਛੋ ਵਾਲਿਆਂ ਦੀ। ਬਾਬਾ ਕਹਿੰਦੇ ਬਾਬਾ ਖੇਮ ਸਿੰਘ ਜੀ ਭੱਜ ਕੇ ਆ ਗਏ, ਮੈਂ ਵੀ ਕਮਰੇ 'ਚ ਚਲਾ ਗਿਆ। ਹੁਣ ਬਾਬਾ ਖੇਮ ਸਿੰਘ ਜੀ ਹੱਥ ਜੋੜ ਕੇ ਖੜ੍ਹੇ ਆ, ਮੈਂ ਵੀ ਖੜ੍ਹਾ। ਅਤੇ ਬਾਬਾ ਮਹਾਰਨਾਮ ਸਿੰਘ ਜੀ ਦੇ ਕਹਿੰਦੇ ਪੱਟੀਆਂ ਨੇ ਇਸ ਤਰ੍ਹਾਂ ਅੱਗੇ ਅੱਖਾਂ 'ਤੇ, ਤੇਜ਼ ਪ੍ਰਤਾਪ ਉਹਨਾਂ ਦਾ ਕੋਈ ਝੱਲ ਨਹੀਂ ਸਕਦਾ ਸੀ, ਅਤੇ ਉਹ ਅੱਖਾਂ 'ਤੇ ਪੱਟੀਆਂ ਰੱਖਦੇ ਹੁੰਦੇ ਸੀ। ਅਤੇ ਉਹਨਾਂ ਨੇ ਕਹਿੰਦੇ ਬੈਠੇ ਨੇ ਅੱਖਾਂ ਢੱਕੀਆਂ ਹੋਈਆਂ। ਅਤੇ ਬਾਬਾ ਜੀ ਮੈਂ ਬੇਨਤੀ ਕੀਤੀ, ਬਾਬਾ ਜੀ ਮੈਂ ਬਾਹਰਲੇ ਦੇਸ਼ ਜਾਣਾ ਹੈ। ਅਤੇ ਬਾਬਾ ਮਹਾਰਨਾਮ ਸਿੰਘ ਜੀ ਪੁੱਛਦੇ ਅੰਮ੍ਰਿਤ ਛਕਿਆ ਹੈ? ਕਹਿੰਦਾ ਜੀ ਮੈਂ ਸਾਰੇ ਪਰਿਵਾਰ ਨੇ ਛਕ ਲਿਆ ਬਾਬਾ ਜੀ ਦੇ ਹੁਕਮ ਨਾਲ, ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ। ਅਤੇ ਕਹਿੰਦੇ ਬਾਬਾ ਜੀ ਦਾ ਸੇਵਾਦਾਰ ਨੀਲਾ ਸਿੰਘ ਉਹ ਕੋਲ ਖੜ੍ਹਾ ਹੈ, ਜਿਹਨੂੰ ਬਾਬਾ ਜੀ ਕਹਿੰਦੇ ਸੀ ਉਹ ਨੀਲਿਆ ਆਵਾਜ਼ ਮਾਰ ਧਰਮਰਾਜ ਨੂੰ। ਕਹਿੰਦਾ ਬਾਬਾ ਜੀ ਨੇ ਉਵੇਂ ਹੀ ਕਿਹਾ, ਨੀਲਿਆ ਧਰਮਰਾਜ ਨੂੰ ਬੁਲਾ। ਕਹਿੰਦੇ ਧਰਮਰਾਜ ਆ ਗਿਆ, ਕਾਲੇ ਜਿਹੇ ਰੰਗ ਦਾ ਅਤੇ ਭਾਰਾ ਜਿਹਾ ਸਰੀਰ ਹੈ, ਉਹ ਵੀ ਹੱਥ ਜੋੜ ਕੇ ਖੜ੍ਹ ਗਿਆ।
ਬਾਬਾ ਜੀ ਕਹਿਣ ਲੱਗੇ ਧਰਮਰਾਜ ਇਹਨਾਂ ਦੇ ਸਾਰੇ ਪਰਿਵਾਰ ਦਾ ਲੇਖਾ ਪਾੜਦੀ, ਇਹਨਾਂ ਨੇ ਅੰਮ੍ਰਿਤ ਛਕ ਲਿਆ, ਕਲਗੀਧਰ ਪਾਤਸ਼ਾਹ ਦਾ ਖੰਡੇ ਬਾਟੇ ਜਹਾਜ਼ੇ ਚੜ੍ਹ ਗਿਆ, ਇਹਨਾਂ ਦਾ ਲੇਖਾ ਨਹੀਂ ਤੂੰ ਪੁੱਛਣਾ, ਇਹ ਸੰਗੀ ਨੇ ਸਾਡੀ। ਕਹਿੰਦੇ ਧਰਮਰਾਜ ਨੇ ਉਸ ਸਮੇਂ ਕਹਿੰਦੇ ਕੱਢਿਆ ਰਜਿਸਟਰ ਜਿਹਾ ਅਤੇ ਲੇਖਾ ਉਹ ਪਾੜ ਦਿੱਤਾ ਵੀ ਇਹਨਾਂ ਦਾ ਲੇਖਾ ਪਾੜਤਾ। ਇਕੱਲੇ ਇਕੱਲੇ ਦੀ ਕਾਰਵਾਈ ਲਿਖੀ ਹੋਈ ਦਰਗਾਹ 'ਚ ਵੀ ਇਹ ਕੀ ਕਰੀ ਜਾਂਦਾ ਹੈ, ਐਡਾ ਵੱਡਾ ਰਜਿਸਟਰ ਇਹ ਧਰਮਰਾਜ ਦਾ, ਜਿਹੜਾ ਬੰਦਾ ਜੋ ਜੋ ਕਰਦਾ ਉਹ ਲਿਖਿਆ ਜਾਂਦਾ ਹੈ। ਕਹਿੰਦੇ ਜੋ ਤੂੰ ਕਰਦਾ ਹੈ ਤੇਰੀ ਪੂਰੀ ਲਿਖਤ ਹੋ ਰਹੀ, ਚਿੱਤਰ ਗੁਪਤ ਤੇਰੇ ਮੋਢਿਆਂ 'ਤੇ ਬੈਠੇ ਆ ਧਰਮਰਾਜ ਦੇ, ਅਤੇ ਉਹ ਲੇਖਾ ਲਿਖੀ ਜਾ ਰਹੇ ਨੇ। ਕਹਿੰਦੇ ਨੇ ਉਹ ਜ਼ਰੂਰ ਪੁੱਛਣਗੇ ਕਿ ਕੀ ਤੇਰਾ ਹਿਸਾਬ ਕਿਤਾਬ ਹੈ। ਬਾਬੇ ਮਾਹ ਨਾਮ ਸਿੰਘ ਨੇ ਕਿਹਾ ਧਰਮਰਾਜ ਇਹਨਾਂ ਦਾ ਲੇਖਾ ਪਾੜ ਦੀ। ਹੁਣ ਧਰਮਰਾਜ ਮੱਥਾ ਟੇਕ ਕੇ ਗਾਇਬ ਹੋ ਗਿਆ। ਬਾਬਾ ਮਾਹ ਨਾਮ ਸਿੰਘ ਜੀ ਖੜ੍ਹੇ ਆ, ਬਾਬਾ ਖੇਮ ਸਿੰਘ ਜੀ ਕਹਿੰਦਾ ਮੈਂ ਖੜ੍ਹਾ ਹੋਇਆ। ਬਾਬਾ ਮਾਹ ਨਾਮ ਸਿੰਘ ਜੀ ਕਹਿੰਦੇ ਜਾ ਐਸੇ ਬੁੱਧਵਾਰ ਹੀ ਚਲਾ ਜਾਈ ਮੈਸੀ ਵਿੱਚ, ਆਪਦੇ ਕਾਗਜ਼ ਲੈ ਜਾ ਸਾਰਾ ਕੁਝ, ਐਸੇ ਹੀ ਬੁੱਧਵਾਰ ਹੀ ਜੋ ਚਲੇ ਜਾਣਾ ਤੇਰਾ ਵੀਜ਼ਾ ਲੱਗ ਜਾਏਗਾ। ਕਹਿੰਦਾ ਐਵੇਂ ਬਾਬਾ ਜੀ ਨੇ ਸੁਪਨੇ 'ਚ ਕਿਹਾ ਅਤੇ ਮੈਂ ਬੁੱਧਵਾਰ ਨੂੰ ਮੈਸੀ 'ਚ ਪਹੁੰਚ ਗਿਆ। ਕਹਿੰਦਾ ਸਾਡੇ ਸਾਰਿਆਂ ਦਾ ਵੀਜ਼ਾ ਲੱਗ ਗਿਆ ਅਤੇ ਲੋਕ ਹੈਰਾਨ ਕਿ ਅਸੀਂ ਇੰਨੀਆਂ ਇੰਨੀਆਂ ਫੀਸਾਂ, ਇੰਨੇ ਇੰਨੇ ਪੈਸੇ, ਇੰਨੇ ਇੰਨੇ ਏਜੰਟ, ਤੂੰ ਐਵੇਂ ਹੀ ਕਾਗਜ਼ ਲੈ ਕੇ ਆ ਗਿਆ, ਤੇਰੇ ਕਿੱਥੋਂ ਵੀਜ਼ੇ ਲੱਗ ਜਾਣਗੇ? ਕੋਈ ਏਜੰਟ ਨਹੀਂ ਸੀ, ਕਿਸੇ ਨੂੰ ਫੀਸਾਂ ਨਹੀਂ ਭਰੀਆਂ, ਤੂੰ ਕੋਈ ਬਾਹਰੋਂ ਤੈਨੂੰ ਚਿੱਠੀਆਂ ਨਹੀਂ ਆਈਆਂ ਅਤੇ ਤੂੰ ਕਿਵੇਂ ਚਲਾ ਜਾਏਗਾ? ਪਰ ਜਿਹਦੇ ਵੱਲ ਗੁਰੂ ਹੋਵੇ ਫਿਰ ਉਹ ਤਾਂ ਕੰਮ ਹੁੰਦਾ ਹੋ ਜਾਂਦਾ ਹੈ, ਜਿਹਦੇ ਵੱਲ ਸੁਆਮੀ ਹੋਵੇ ਉਹਦਾ ਕੰਮ ਕਿਵੇਂ ਨਹੀਂ ਹੋਏਗਾ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮੁਸ਼ਨ ਦਾ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਜਿੰਦਾ ਰਾਖਾ ਹੈ ਪਰਮਾਤਮਾ ਸੋ ਦੁੱਖ ਕੈਸਾ ਪਾਵੇ, ਕਿਵੇਂ ਦੁੱਖ ਪਾਏਗਾ। ਸੁਪਨੇ 'ਚ ਮੱਥਾ ਟੇਕਿਆ, ਸੁਪਨੇ 'ਚ ਦਸਵੰਧ ਰੱਖਿਆ, ਸੁਪਨੇ 'ਚ ਬਰਸੀ 'ਤੇ ਆਇਆ, ਸੁਪਨੇ 'ਚ ਬਾਬਾ ਜੀ ਨੇ ਗੱਦੀ ਸਾਹਿਬ 'ਤੇ ਅਰਦਾਸ ਕਰਾਈ, ਬਾਬਾ ਮਾਹ ਨਾਮ ਸਿੰਘ ਜੀ ਦੇ ਦਰਸ਼ਨ ਹੋ ਗਏ। ਉਹਨਾਂ ਨੇ ਕਿਹਾ ਵੀ ਲੇਖਾ ਵੀ ਪਾੜਤਾ ਜਨਮਾਂ ਦਾ ਸਾਰੇ ਪਰਿਵਾਰ ਦਾ, ਅਤੇ ਨਾਲ ਬਾਹਰਲੇ ਦੇਸ਼ ਦੇ ਵੀਜੇ ਵੀ ਲਾ ਕੇ ਫੜਾ ਤੇ। ਇਹ ਆਪ ਸਾਰੇ ਪੜ੍ਹ ਲਓ। ਧੰਨ ਬਾਬਾ ਮਾਹ ਹਰਨਾਮ ਸਿੰਘ ਜੀ, ਸਦਾ ਅੰਗ ਸੰਗ ਰਹਿਣਾ ਜੀ। ਬਾਬਾ ਮਾਹ ਹਰਨਾਮ ਸਿੰਘ ਸਦਾ ਅੰਗ ਸੰਗ ਰਹਿਣਾ ਜੀ। ਬਾਬਾ ਮਾਹ ਨਾਮ ਸਿੰਘ ਜੀ ਵਾਲਿਆ ਸਦਾ ਅੰਗ ਸੰਗ ਰਹਿਣਾ ਜੀ। ਬਾਬਾ ਮਾਹ ਨਾਮ ਸਿੰਘ ਜੀ
ਸੰਗ ਰਹਿਣਾ ਜੀ। ਸਾਜਨਾ ਕੀ ਅਸ਼ਚਰਜ ਕਥਾ, ਵੇਖ ਲਓ ਵੀ ਜੇ ਲੱਗੇ ਆ ਬਾਹਰ ਬੈਠਾ ਹੋਇਆ ਅਮਰ ਛਕਿਆ ਏ, ਨਿਤਨੇਮ ਕਰਦੇ ਆ, ਦਸਵੰਧ ਆਪਦਾ ਕੱਢਦੇ ਭੇਜਦੇ ਰਹਿੰਦੇ ਆ। ਇਹ ਬਾਬੇ ਮਾਹ ਨਾਮ ਸਿੰਘ ਜੀ ਮਹਾਰਾਜ ਦੀ ਸ਼ਕਤੀ ਏ। ਇੱਕ ਦਿਨ ਉਹਨਾਂ ਦਾ ਫੋਨ ਆ ਗਿਆ ਸਾਨੂੰ, ਕਹਿੰਦੇ ਜੀ ਅੱਜ ਸਵੇਰੇ ਅਸੀਂ ਇੱਥੇ ਸ਼ਾਮੀ ਗੱਦੀ ਸਾਹਿਬ 'ਤੇ ਬੈਠੇ ਸੀ 4-5 ਵਜੇ, ਉੱਧਰ ਅੰਮ੍ਰਿਤ ਵੇਲੇ ਦੇ 4-5 ਵਜੇ ਸੀ। ਕਹਿੰਦਾ ਜੀ ਅਸੀਂ ਉਹਨੇ ਫੋਨ ਲਾ ਤਾ ਜੀ, ਅਸੀਂ ਹੁਣ ਸੁੱਤੇ ਪਏ ਉੱਠੇ ਹਾਂ ਮੈਂ ਅਤੇ ਮੇਰੀ ਘਰ ਵਾਲੀ। ਕਹਿੰਦੇ ਜੀ ਸਾਨੂੰ ਦੋਨਾਂ ਨੂੰ ਇੱਕੋ ਹੀ ਸੁਪਨਾ ਆਇਆ, ਇੱਕੋ ਹੀ ਸੁਪਨਾ ਆਇਆ। ਮੈਂ ਕਿਹਾ ਕੀ ਸੁਪਨਾ ਆਇਆ? ਕਹਿੰਦਾ ਮੈਂ ਜਦੋਂ ਆਪਦੀ ਘਰ ਵਾਲੀ ਨੂੰ ਕਿਹਾ ਵੀ ਮੈਨੂੰ ਬਾਬਾ ਜੀ ਦਾ ਸੁਪਨਾ ਆਇਆ, ਉਹ ਕਹਿੰਦੀ ਮੈਨੂੰ ਵੀ ਐਵੇਂ ਆਇਆ। ਦੋਨਾਂ ਨੂੰ ਇੱਕ ਟਾਈਮ 'ਚ ਇੱਕੋ ਸੁਪਨਾ ਆਇਆ ਕਿ ਬਾਬਾ ਮਾਹ ਨਾਮ ਸਿੰਘ ਜੀ ਪੁੱਛੋ ਆ ਗਏ ਨੇ। ਆਖੋ ਸੀ ਉਹਨਾਂ ਨੇ ਕਿਹਾ ਸੀ 100 ਸਾਲ ਬਾਅਦ ਅਸੀਂ ਫਿਰ ਆਉਣਾ। ਉਹ ਕਦੋਂ ਕਿਹਾ ਹੋਊ ਜਾਂ ਕਿਵੇਂ ਕਿਹਾ ਹੋਏਗਾ, ਵੈਸੇ 27 ਵਿੱਚ ਉਹ ਗਏ ਨੇ ਅਤੇ 27 ਵਿੱਚ ਹੀ 100 ਸਾਲ ਬਣਦਾ। ਸਮੇਂ ਅੱਗੇ ਪਿੱਛੇ ਹੋ ਜਾਂਦੇ ਆ, ਕਲਯੁੱਗ ਦਾ ਪ੍ਰਭਾਵ ਪੈ ਜੇ ਗਾਮ ਹੋ ਜਾਂਦੇ ਆ, ਪਹਿਲੋਂ ਵੀ ਆ ਸਕਦੇ ਜਿਵੇਂ ਵੀ ਉਹਨਾਂ ਦੀ ਰਜ਼ਾ ਹੈ। ਕਹਿੰਦੇ ਬਾਬਾ ਮਾਹ ਨਾਮ ਸਿੰਘ ਜੀ ਪੁੱਛੋ ਆ ਗਏ ਅਤੇ ਅਸੀਂ ਗਏ ਹਾਂ ਮੱਥਾ ਟੇਕਣ ਗੱਦੀ ਸਾਹਿਬ 'ਤੇ ਬੈਠੇ ਹਾਂ। ਘਰ ਵਾਲੀ ਕਹਿੰਦੀ ਮੈਨੂੰ ਵੀ ਆਇਆ ਹੈ। ਪਹਿਲੋਂ ਐਵੇਂ ਸੁਪਨਾ ਆਇਆ ਵੀ ਛੋਟੇ ਬੱਚੇ ਨੇ, ਉਹਨਾਂ ਨੇ ਜਨਮ ਲਿਆ, ਫਿਰ ਉਹ ਵੱਡੇ ਹੋ ਗਏ ਨੇ, ਫਿਰ ਉਹ ਪੁੱਛੋ ਸਾਹਿਬ ਆ ਗਏ। ਇਹ ਉਹਨਾਂ ਨੇ ਸੁਪਨਾ ਸੁਣਾਇਆ ਆਪਦਾ। ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਭਾਈ ਦ੍ਰਿਸ਼ਟਾਂਤ ਹੁੰਦੇ ਹੀ ਰਹਿੰਦੇ ਆ ਅਤੇ ਉਹਨਾਂ ਦੀ ਸ਼ਕਤੀ ਨਾਲ ਹੀ ਸਾਰੇ ਕਾਰਜ ਚੱਲਦੇ ਆ। ਪੁੱਛੋ ਵਾਲਿਆਂ ਨੂੰ ਹੀ ਲਾਜ ਇਹ, ਆਪਣੀਆਂ ਕਾਰੋਬਾਰਾਂ ਦੀ ਸੇਵਾ ਦੀ ਉਹਨਾਂ ਦਾ ਹੀ ਨਾਮ ਏ। ਆਪਾਂ ਤਾਂ ਨਿਮਾਣੇ ਕੋਈ ਨਹੀਂ ਜਾਣਦੇ, ਆਪਾਂ ਨੂੰ ਤਾਂ ਕੋਈ ਨਹੀਂ ਪਤਾ, ਕੋਈ ਬੰਦਗੀ ਨਹੀਂ, ਕੋਈ ਘਾਲ ਨਹੀਂ, ਸਾਰਾ ਭਰੋਸਾ ਗੁਰੂਆਂ ਪੀਰਾਂ ਦਾ ਹੁੰਦਾ ਏ। ਇਹ ਦੀਵਾਨ ਲੱਗਦੇ ਆ, ਰਹਿਣ ਸਬਾਈਆਂ ਹੁੰਦੀਆਂ, ਜੋ ਵੀ ਹੋ ਰਿਹਾ ਏ ਇਹ ਉਹਨਾਂ ਨੂੰ ਲਾਜ ਏ। ਉਹਨੇ ਕ੍ਰਿਸ਼ਨ ਨੂੰ ਮੰਨਦੀ ਸੀ ਦਰੋਪਦੀ, ਸਭਾ ਵਿੱਚ ਸਾਰੇ ਹੱਥ ਖੜ੍ਹੇ ਕਰ ਗਏ, ਪੰਜੇ ਪਾਂਡੋ ਵੀ, ਧਰਤਰਾਸ਼ਟਰ ਰਾਜਾ ਵੀ, ਉਹ ਗੰਧਾਰੀ ਉਹਦੀ ਘਰ ਵਾਲੀ ਵੀ, ਅਤੇ ਉਹਨਾਂ ਦੀ ਬੱਚੀ ਦੀ ਬੇਇੱਜ਼ਤੀ ਹੋ ਰਹੀ ਸੀ, ਨਗਨ ਕਰ ਰਿਹਾ ਸੀ ਦੁਰਯੋਧਨ ਅਤੇ ਦੁਸ਼ਾਸਨ, ਭੀਸ਼ਮ ਪਿਤਾਮਾ, ਬੜੇ ਬੜੇ ਧਰਮਾਤਮਾ ਪੁਰਖ ਵੀ ਸਾਰੇ ਚੁੱਪ। ਦੁਰਯੋਧਨ ਦਾ ਆਰਡਰ ਚੱਲਦਾ ਪਿਆ, ਸਭਾ 'ਚ ਦਰੋਪਦੀ ਨੂੰ ਲਿਆਂਦਾ ਗਿਆ। ਦਰੋਪਦੀ ਨੇ ਕਿਹਾ ਸੀ ਮੇਰੀ ਬੇਇੱਜ਼ਤੀ ਮੈਨੂੰ ਨੰਗਿਆ ਕਰਨਗੇ,
ਉੱਥੇ ਭੀਸ਼ਮ ਪਿਤਾਮਾ ਵੱਡੇ, ਦੁਰਨਾਚਾਰੀ ਬੜੇ ਬੜੇ ਬੈਠੇ, ਧ੍ਰਿਤਰਾਸ਼ਟਰ ਸਾਡਾ ਵੱਡਾ ਬੈਠਾ ਸਾਰਿਆਂ ਤੋਂ, ਗੰਧਾਰੀ ਬੈਠੀ, ਪੰਜੇ ਪਾਂਡਵ, ਉਹਨਾਂ ਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ। ਪਰ ਕ੍ਰਿਸ਼ਨ ਨਾ ਚੇਤੇ ਆਇਆ, ਮਾਣ ਸੀ ਪੰਜੇ ਪਾਂਡਵ ਦੇਖਦੇ ਉਹ ਘੱਟੀ ਨਾਲ ਜਿਹਨਾਂ ਦੀ, ਉਹ ਆਪਣੀ ਨਾਲ ਦੀ ਰੱਖਿਆ ਨਾ ਕਰ ਸਕੇ, ਮਤ ਕਿਸੇ ਦੇ ਦਮ ਭਰੋਸਾ ਮਾਰ ਲਿਆ ਵੀ ਉਹ ਕਰ ਦੇਗਾ ਆਹ ਕਰ ਦੇਗਾ, ਕਿਸੇ ਨਹੀਂ। ਦ੍ਰੋਪਦੀ ਨੇ ਫਿਰ ਅੱਖਾਂ ਕੀਤੀਆਂ ਬੰਦ, ਅੱਖੀ ਮੀਟ ਧਿਆਨ ਧਰ, ਹਾ ਹਾ ਕ੍ਰਿਸ਼ਨ 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 ਉੱਚੀ ਉੱਚੀ ਪੁਕਾਰਨ ਲੱਗੀ। ਹੱਥ ਢਿੱਲੇ ਛੱਡਦੇ, ਪਹਿਲਾਂ ਤਾਂ ਉਹਦੀ ਸਾੜੀ ਖਿੱਚਦੇ ਸੀ, ਉਹ ਫੜਦੀ ਸੀ ਸਾੜੀ ਨੂੰ। ਫਿਰ ਉਹਨੇ ਕ੍ਰਿਸ਼ਨ ਦਾ ਧਿਆਨ ਧਰ ਕੇ ਕਿਹਾ, ਹੁਣ ਕ੍ਰਿਸ਼ਨਾ ਤੂੰ ਜਾਣ ਤੇ ਜਾਣਨ। ਕਹਿੰਦੇ ਸਾੜੀਆਂ ਦੇ ਢੇਰ ਲੱਗ ਗਏ, ਦ੍ਰੋਪਦੀ ਨਗਨ ਨਾ ਹੋਈ। ਉਹ ਫਿਰ ਹੱਥ ਜੋੜ ਕੇ ਕਹਿ ਰਹੀ ਸੀ, ਰੱਖ ਲਈ ਸਭਾ ਦੇ ਵਿੱਚ ਮੇਰੀ, ਆਪਾਂ ਐਵੇਂ ਅਰਦਾਸ ਕਰਨੀ ਹੈ, ਰੱਖ ਲਈ ਸਭਾ ਦੇ ਵਿੱਚ ਮੇਰੀ ਜਿਵੇਂ ਲਾਜ ਰੱਖੀ ਸੀ ਦ੍ਰੋਪਦੀ, ਰੱਖ ਲਈ ਸਭਾ ਦੇ ਵਿੱਚ ਮੇਰੀ ਜਿਵੇਂ ਲਾਜ ਰੱਖੀ ਸੀ ਦ੍ਰੋਪਦੀ। ਸੁਖਬੀਰ ਨਾਲ ਉਹ ਫਿਰ ਡਿਊਟੀਆਂ ਲਾ ਦਿੰਦੇ ਵੀ ਚੱਲ ਤੇਰੀ ਜਲਾਲਾਬਾਦ ਡਿਊਟੀ, ਚੱਲ ਤੇਰੀ ਇੱਧਰ ਡਿਊਟੀ ਹੈ, ਇੱਧਰ ਵੀ ਡਿਊਟੀ ਲੱਗੀ ਸੀ। ਫਿਰ ਪੁੱਛੋ ਆ ਜਾਂਦਾ ਹੈ, ਕਹਿ ਆਣ ਕੇ ਫਿਰ ਬੇਨਤੀ ਕਰਦਾ ਜੀ ਮੇਰੀ ਲਾਜ ਰੱਖ ਲਿਓ, ਡਿਊਟੀ ਲੱਗੀ ਹੈ ਸਾਡੀ ਫਲਾਣੀ ਥਾਂ 'ਤੇ। ਕਿਉਂਕਿ ਹੁੰਦਾ ਕਿ ਉਹਨਾਂ ਮਨਿਸਟਰਾਂ ਨੂੰ ਵੋਟਾਂ ਪਾਉਣੀਆਂ, ਉੱਥੋਂ ਦਾ ਰਿਜ਼ਲਟ ਸਾਡੇ ਨਾਂ ਦਾ ਮਾੜਾ ਨਾ ਆਵੇ। ਅਤੇ ਇਹ ਫਿਰ ਗੁਰੂ ਪੀਰਾਂ ਕੀ ਅਰਦਾਸ ਹੁੰਦੀ ਕਿ ਮੇਰੀ ਲਾਜ ਰੱਖ ਲਿਓ, ਆਪਾਂ ਵੀ ਅਰਦਾਸ ਕਰਨੀ ਹੈ, ਰੱਖ ਲਈ ਸਭਾ ਦੇ ਵਿੱਚ ਮੇਰੀ ਵੇ ਜਿਵੇਂ ਲਾਜ ਰੱਖੀ ਸੀ ਦ੍ਰੋਪਦੀ, ਰੱਖੀ ਸੀ ਦ੍ਰੋਪਦੀ, ਰੱਖ ਲਈ ਸਭਾ ਦੇ ਵਿੱਚ ਮੇਰੀ ਰੱਖੀ ਸੀ ਦ੍ਰੋਪਦੀ, ਰੱਖੀ ਸਭਾ ਦੇ ਵਿੱਚ ਮੇਰੀ ਜਿਵੇਂ ਲਾਜ ਰੱਖੀ ਸੀ ਦ੍ਰੋਪਦੀ, ਰੱਖੀ ਸਭਾ ਦੇ ਵਿੱਚ ਮੇਰੀ ਜਿਵੇਂ ਲਾਜ ਰੱਖੀ ਸੀ ਦ੍ਰੋਪਦੀ। ਰੱਖ ਲਈ ਸਭਾ ਦੇ ਵਿੱਚ ਮੇਰੀ
ਕਿਸੇ ਦਰੋਪਤਾ ਦੀ ਮਾੜੀ ਹਾਂ ਭਾਵੇਂ ਚੰਗੀ ਹਾਂ ਮੈਂ ਤੇਰੀ ਹਾਂ ਮੇਰੇ ਬਾਬਾ ਜੀ ਰੱਖ ਲਈ ਸਭਾ ਦੇ ਵਿੱਚ ਮੇਰੀ ਕਿਵੇਂ ਲਾਜ ਰੱਖੀ ਸੀ ਦਰੋਪਤਾ ਦੀ ਰੱਖ ਲਈ ਸਭਾ ਦੇ ਵਿੱਚ ਮੇਰੀ ਕਿਵੇਂ ਲਾਜ ਰੱਖੀ ਸੀ ਦਰੋਪਤਾ ਦੀ ਭਾਵੇਂ ਚੰਗੀ ਹਾਂ ਮੈਂ ਤੇਰੀ ਹਾਂ ਮੇਰੇ ਸਤਿਗੁਰ ਜੀ ਮੇਰੀ ਰੱਖ ਲਈ ਸਭਾ ਦੇ ਵਿੱਚ ਮੇਰੀ ਕਿਵੇਂ ਲਾਜ ਰੱਖੀ ਸੀ ਦਰੋਪਤਾ ਦੀ ਸਭਾ ਦੇ ਵਿੱਚ ਮੇਰੀ ਕਿਵੇਂ ਲਾਜ ਰੱਖੀ ਸੀ ਦਰੋਪਤਾ ਦੀ ਬਾਣੀ ਵਿੱਚ ਮੇਰੀ ਜਿਵੇਂ ਲਾਜ ਰੱਖੀ ਸੀ ਦਰੋਪਤਾ ਦੀ ਰੱਖ ਲਈ ਸਭਾ ਦੇ ਵਿੱਚ ਮੇਰੀ ਜਿਵੇਂ ਲਾਜ ਰੱਖੀ ਸੀ ਦਰੋਪਤਾ ਦੀ ਓ ਇੱਥੇ ਲਾਜ ਮੇਰੀ ਤੂੰ ਹੈ ਰੱਖਣੀ ਅੱਗੇ ਵੀ ਲਾਜ ਮੇਰੀ ਤੂੰ ਹੈ ਰੱਖਣੀ ਹੁਣ ਰੱਖ ਲਈ ਰੱਖ ਲਈ ਰੱਖ ਲਈ ਦੁਨੀਆ ਦੇ ਵਿੱਚ ਮੇਰੀ ਜਿਵੇਂ ਰੱਖੀ ਸੀ ਦਰੋਪਤਾ ਦੀ ਰੱਖ ਲਈ ਸਭਾ ਦੇ ਵਿੱਚ ਮੇਰੀ ਜਿਵੇਂ ਲਾਜ ਰੱਖੀ ਸੀ ਦਰੋਪਤਾ ਦੀ ਓ ਇੱਥੇ ਲਾਜ ਤੂੰ ਹੈ ਰੱਖਣੀ ਅੱਗੇ ਲਾਜ ਮੇਰੀ ਤੂੰ ਹੈ ਰੱਖਣੀ ਰੱਖ ਲਈ ਦੁਨੀਆ ਦੇ ਵਿੱਚ ਮੇਰੀ ਜਿਵੇਂ ਲਾਜ ਰੱਖੀ ਸੀ ਦਰੋਪਤਾ ਦੀ ਰੱਖ ਲਈ ਸਭਾ ਦੇ ਵਿੱਚ ਮੇਰੀ ਜਿਵੇਂ ਲਾਜ ਰੱਖੀ ਸੀ ਦਰੋਪਤਾ ਦੀ ਜੀ ਵੀ ਬੋਲਦਿਆ ਕਰੋ ਪਲਟਾ ਜਿਹੜਾ ਬੋਲੀ ਤਾਂ ਦੁਬਾਰਾ ਤੁਸੀਂ ਬੋਲਦਿਆ ਕਰੋ ਲਾਜ ਮੇਰੀ ਤੁਸੀਂ ਉਹ ਰੱਖਣੀ ਅੱਗੇ ਵੀ ਲਾਜ ਮੇਰੀ ਤੁਸੀਂ ਰੱਖਣੀ ਰੱਖ ਲਈ ਦਾਤਾ ਰੱਖ ਲਈ ਰੱਖ ਲਈ ਪੁੱਛੋ ਵਾਲਿਆ ਮੇਰੀ ਰੱਖ ਲਈ ਰੱਖ ਲਈ ਸਭਾ ਦੇ ਵਿੱਚ ਮੇਰੀ ਲਾਜ ਰੱਖੀ ਸੀ ਦਰੋਪਤਾ ਦੀ ਰੱਖ ਲਈ ਸਭਾ ਦੇ ਵਿੱਚ ਮੇਰੀ ਜਿਵੇਂ ਲਾਜ ਰੱਖੀ ਸੀ ਦਰੋਪਤਾ ਦੀ ਸਭਾ ਦੇ ਵਿੱਚ ਮੇਰੀ ਜਿਵੇਂ ਲਾਜ ਰੱਖੀ ਸੀ ਦਰੋਪਤਾ ਦੀ ਸਭਾ ਦੇ ਵਿੱਚ ਮੇਰੀ ਜਿਵੇਂ ਲਾਜ ਰੱਖੀ ਸੀ ਦਰੋਪਤਾ ਦੀ ਰੱਖ ਲਈ ਸਭਾ ਦੇ ਵਿੱਚ
ਵਿੱਚ ਮੇਰੀ। ਅਗਲਾ ਪੱਟਾ ਵੀ ਬੋਲਦਿਆ ਕਰੋ, ਇੱਕੋ ਹੀ ਸਲੋਕ ਜਾਣਦੇ ਜੇ ਸੰਪਟ ਲਾਉਣਾ ਹੀ। ਬੋਲੋ ਮਾਈਆਂ, ਮਾਈਆਂ ਬੋਲੋ, ਰੱਖ ਲਈ ਸਭਾ ਦੇ ਵਿੱਚ ਬਸ ਕਰੋ, ਬੋਲਿਆ ਕਰੋ ਵਾਰੀ ਵਾਰੀ ਪੰਕਤੀਆਂ, ਬੋਲਿਆ ਸਮਝਿਆ ਕਰੋ, ਸੁਣਦਿਆਂ ਯਾਦ ਕਰ ਲਈਦੀਆਂ, ਬੋਲੀ ਜਾਵੋ। ਅਸੀਂ ਧਾਰਨਾ ਲਾਈ ਹੋਈ ਸੀ, ਮੁੰਡਾ ਕਿ ਪਿੱਛੇ ਬੈਠਾ ਸੀ, ਧਾਰਨਾ ਲਾਈ ਸੀ, ਤੇਰੇ ਦਰਸ਼ਨ ਮਿਟੋ ਖੰਡੀਏ ਵੰਝਾ, ਤੇਰੇ ਨਾਮ ਮਿਟੋ ਕੁਰਬਾਨ। ਉਹ ਸਿੱਧਾ ਸਾਦਾ ਸੀ, ਲਾਡੀ ਲਾਡੀ ਕਹਿੰਦੇ ਸੀ ਉਹਨੂੰ। ਇੱਕ ਵਾਰੀ ਸੀ ਧਾਰਨਾ ਲਾਈ ਵੀ, ਮਹਿਮਾ ਸਾਧੂ ਸੰਗ ਦੀ ਸੁਣਿਓ, ਮੇਰੇ ਮੀਤਾ ਮਹਿਮਾ ਸਾਧੂ ਸੰਗ ਦੀ, ਅਤੇ ਉਹ ਬੋਲੀ ਜਾਏ ਸੁਣਿਓ, ਮੇਰੇ ਮੀਤਾ ਮੇਰੀ ਮਾਂ ਸਾਧੂਆਂ ਤੋਂ ਸੰਗ ਦੀ। ਅਸੀਂ ਤਾਂ ਪੜ੍ਹਦੀ ਮਹਿਮਾ ਸਾਧੂਆਂ ਦੇ ਸੰਗ ਦੀ, ਉਹ ਕਹਿੰਦਾ ਮੇਰੀ ਮਾਂ ਸਾਧੂਆਂ ਤੋਂ ਸੰਗ ਦੀ। ਮੈਂ ਕਿਹਾ ਵੀ ਇਹ ਕਿਉਂ ਸੰਗ ਦੀ ਹੈ, ਉਹ ਵੀ ਉੱਥੇ ਸੇਵਾ ਕਰਦੀ ਹੁੰਦੀ ਸੀ। ਸਿੱਧਾ ਸੀ ਮੁੰਡਾ ਉਹ, ਅਸੀਂ ਧਾਰਨਾ ਲਾਈ, ਦਰਸ਼ਨ ਮਿਟੋਂ ਖੰਡੀਏ ਮੰਜਾਂ, ਤੇਰੇ ਨਾਮ ਮਿਟੋਂ ਕੁਰਬਾਨੋ। ਉਹ ਪੜੀ ਜਾ ਕਹਿੰਦਾ ਤੇਰੇ ਨਾਮ ਮਿਟੋਂ ਕੁਰਬਾਨੋ, ਛੱਪੜ ਵਿੱਚੋਂ ਕੱਢੀਆਂ ਮੱਝਾਂ, ਕਹਿੰਦਾ ਛੱਪੜ 'ਚੋਂ ਕੱਢੀਆਂ ਮੱਝਾਂ। ਮੈਂ ਕਿਹਾ ਥੋੜ੍ਹਾ ਸਹੀ ਬੋਲ, ਫਿਰ ਕਹਿ ਛੱਪੜ ਵਿੱਚ ਕਿੰਨੀਆਂ ਮੱਝਾਂ, ਉਹਨੇ ਛੱਡਿਆ ਨਾ ਛੱਪੜ। ਮੈਂ ਕਿਹਾ ਨਹੀਂ ਫਿਰ ਸਹੀ ਬੋਲ, ਕਹਿੰਦਾ ਛੱਪੜ ਵਿੱਚ ਖੁੰਡੀਆਂ ਮੱਝਾਂ। ਉਹ ਆਪਣਾ ਹੀ ਬੋਲੀ ਜਾਵੇ, ਸਮਝ ਘੱਟ ਆਉਂਦੀ ਹੁੰਦੀ ਨਾ। ਸੰਤਾਂ ਨੇ ਧਾਰਨਾ ਲਾਈ ਸੀ, ਰਾੜੇ ਵਾਲਿਆਂ ਨੇ, ਮੈਂ ਜਾਵਾਂ ਬਲਹਾਰੇ ਬਾਬੇ ਨੇ ਮੱਕਾ ਫੇਰਿਆ। ਉਹ ਬੀਬੀਆਂ ਬੋਲਣ, ਮੈਂ ਜਾਣਾ ਲੁਹਾਰੇ ਬਾਬੇ ਨੇ ਯੱਕਾ ਜੋੜਿਆ। ਭਾਵੇਂ ਤੁਸੀਂ ਅਸੀਂ ਤਾਂ ਜੋ ਪੜ੍ਹਦੇ ਹਾਂ ਉਸ ਤੋਂ ਵੱਖਰਾ ਹੀ ਪੜ੍ਹਦਿਆ ਕਰੋ, ਪਰ ਹੇਕ ਲਾ ਦਿਆ ਕਰੋ ਨਾਲ। ਕਈ ਮਗਰ ਹੇਕ ਲਾ ਦਿੰਦੇ, ਅੱਗੋਂ ਤਾਂ ਪੰਕਤੀ ਨਹੀਂ ਸੁਣਦੀ, ਫਿਰ ਮਗਰੋਂ ਹੇਕ ਲਾ ਦਿੰਦੇ ਆ ਨਾਲ। ਧੰਨ ਬਾਬਾ ਮਾਂ ਹਰਨਾਮ ਸਿੰਘ ਜੀ, ਸਾਧੂਆਂ ਦੀ ਕਥ ਕਥਾ ਹੈ ਜਿਹੜੀ ਗੁਰੂ ਸਾਹਿਬ ਨੇ ਵੀ ਬਾਣੀ 'ਚ ਲਿਖਦੇ ਲਿਖਦੇ ਸਾਧੂਆਂ ਦੀ ਮਹਿਮਾ, ਜਦੋਂ ਅੱਠਵੀਂ ਪੌੜੀ ਆਈ ਨਾ ਇਸ ਦੀ, ਸੱਤਵੀਂ ਅਸ਼ਟਪਦੀ ਦੀ ਅੱਠਵੀਂ ਪੌੜੀ ਆਈ, ਤਾਂ ਉੱਥੇ ਗੁਰੂ ਸਾਹਿਬ ਕਹਿੰਦੇ ਵੇਦ ਵੀ ਨਹੀਂ, ਗ੍ਰੰਥ ਵੀ ਨਹੀਂ ਜਾਣਦੇ, ਮਹਿਮਾ ਸਾਧੂਆਂ ਦੀ ਵੱਡੀ ਹੈ। ਸਾਧੂਆਂ ਦੀ ਮਹਿਮਾ ਵੇਦ ਵੀ ਨਹੀਂ ਜਾਣਦੇ, ਗ੍ਰੰਥ ਵੀ ਨਹੀਂ ਜਾਣਦੇ, ਪੋਥੀਆਂ ਨਹੀਂ ਜਾਣਦੀਆਂ। ਸਾਧਗੀ ਮੈਂ ਵੇਦ ਨਾ ਜਾਣੇ, ਇਹ ਬਾਬੇ ਮਹਾਰਨਾਮ ਸਿੰਘ ਮਹਾਰਾਜ ਨੇ ਨਾਂ ਲਿਖ ਕੇ ਰਜਿਸਟਰ 'ਤੇ ਧਰਮਰਾਜ ਨੂੰ ਆਵਾਜ਼ ਮਾਰ ਕੇ ਕਹਿੰਦੇ ਪਾੜਦੇ ਲੇਖਾਂ।
ਧਰਮ ਰਾਜਾ ਵੀ ਕਰੇਗਾ ਸੇਵਾ, ਬਾਬਾ ਜੀ ਦੇ ਸੰਗੀਆਂ ਦੀ ਧਰਮ ਰਾਜ ਲੇਖਾ ਨਹੀਂ ਪੁੱਛੇਗਾ, ਲੇਖਾ ਧਰਮ ਰਾਜ ਨਹੀਂ ਮੰਗੇਗਾ। ਨਹੀਂ ਤਾਂ ਸਾਰਿਆਂ ਤੋਂ ਲੇਖਾ ਮੰਗੇਗਾ ਧਰਮ ਰਾਜਾ, ਬਾਣੀਆਂ ਨਮਾਣੀ ਤੇਰੀ ਜਿੰਦੜੀ ਤੋਂ, ਉਹਨੇ ਸਾਰਿਆਂ ਤੋਂ ਲੇਖਾ ਲੈਣਾ ਹੈ। ਪੜ੍ਹ ਲਓ, ਲੇਖਾ ਮੰਗੇਗਾ ਧਰਮ ਰਾਜ ਬਾਣੀਆਂ ਨਮਾਣੀ ਤੇਰੀ ਜਿੰਦੜੀ ਤੋਂ, ਲੇਖਾ ਮੰਗੇਗਾ ਧਰਮ ਕੇ ਬੋਲੋ। ਤੁਸੀਂ ਵੀ ਬਾਬੇ ਨੇ ਜੱਕਾ ਜੋੜਿਆ ਕਰਤਾ ਹੈ। ਹਾਂ ਬੋਲੋ, ਲੇਖਾ ਮੰਗੇਗਾ, ਲੇਖਾ ਮੰਗੇਗਾ ਧਰਮ ਰਾਜਾ ਬਾਣੀਆਂ ਤੇਰੀ ਜਿੰਦੜੀ ਦਾ, ਲੇਖਾ ਮੰਗੇਗਾ ਧਰਮ ਰਾਜਾ ਬਾਣੀਆਂ ਨਿਮਾਣੀ ਤੇਰੀ ਜਿੰਦੜੀ, ਸੰਤਾਂ ਦੇ ਸੰਗੀਆਂ ਦੀ ਧਰਮ ਰਾਜਾ ਵੀ ਕਰੇਗਾ ਸੇਵਾ, ਬਾਬਾ ਜੀ ਦੇ ਸੰਗੀਆਂ ਦੀ ਧਰਮ ਰਾਜਾ ਮੱਥਾ ਟੇਕੇਗਾ, ਬਾਣੀ 'ਚ ਲਿਖਿਆ ਉਹਦੀ ਧਰਮ ਰਾਜਾ ਨਮਸਕਾਰ ਕਰੇਗਾ, ਉਹਨੂੰ ਮੱਥਾ ਟੇਕੇਗਾ ਵੀ ਜਾ ਤੂੰ ਮਹਾਂਪੁਰਖਾਂ ਦਾ ਸੰਗੀ ਹੈ, ਸੇਵਕ ਹੈ, ਤੇਰਾ ਹਿਸਾਬ ਕਿਤਾਬ ਮੇਰੇ ਕੋਲ ਨਹੀਂ, ਤੇਰਾ ਗੁਰੂ ਨਾਨਕ ਲੇਖਾ ਸਮਝਾ। ਧਰਮ ਰਾਜ ਕਹਿੰਦੇ, ਧਰਮ ਰਾਜ ਨੇ ਕਾਗਜ਼ ਸਿਰ 'ਤੇ ਵੀ ਇਹ ਤਾਂ ਬਾਬਿਆਂ ਦਾ ਅੰਮ੍ਰਿਤ ਛੱਕ ਲਿਆ, ਇਹ ਤਾਂ ਪੁੱਛ ਵਾਲਿਆਂ ਦਾ ਬਣ ਗਿਆ, ਰੂਮੀ ਵਾਲਿਆਂ ਦਾ, ਨਾਨਕਸਰ ਵਾਲੇ ਬਾਬਾ ਆਨੰਦ ਸਿੰਘ ਦਾ ਬਣ ਗਿਆ ਹੈ। ਧਰਮ ਰਾਜ ਰੱਦੀ 'ਚ ਸਿੜ ਦਿੰਦਾ ਕਾਗਜ਼, ਬਈ ਇਹਨਾਂ ਨੇ ਅੰਮ੍ਰਿਤ ਛੱਕ ਲਿਆ, ਇਹ ਮਹਾਂਪੁਰਖਾਂ ਦੇ ਬਣ ਗਿਆ, ਇਹਨਾਂ ਦਾ ਲੇਖਾ ਹੁਣ ਨਹੀਂ। ਧਰਮ ਰਾਜ ਦਰ ਕਾਗਜ਼ ਉਹਨੇ ਦਫ਼ਤਰ 'ਚੋਂ ਕਾਗਜ਼ ਪਾੜ ਕੇ ਸਿੜ 'ਤੇ, ਅਤੇ ਸਿੱਟ ਇਸ ਕਰਕੇ ਦਿੱਤੇ, ਨਾਨਕ ਲੇਖਾ ਤੇਰਾ ਤਾਂ ਬਾਬੇ ਨਾਨਕ ਕੋਲ ਲੇਖਾ ਚਲਾ ਗਿਆ, ਕਿਉਂਕਿ ਰੂਮੀ ਵਾਲੀ ਗੱਦੀ ਅਤੇ ਪੁੱਛੋ ਵਾਲੀ ਬਾਬੇ ਨਾਨਕ ਦੀ ਗੱਦੀ ਹੈ। ਆਖੋ ਸੀ ਇਹ ਗੱਦੀ ਧੰਨ ਗੁਰੂ ਨਾਨਕ ਦੀ, ਉੱਥੇ ਜਾਓਗੇ ਅਤੇ ਸਾਰੇ ਪਾਸਿਓਂ ਗੁਰੂ ਨਾਨਕ ਦੀ ਆਵਾਜ਼ ਆਏਗੀ। ਨਿਸ਼ਾਨੀ ਇਹ ਆ ਕਿ ਜਦੋਂ ਰੂਮੀ ਸਾਹਿਬ ਪੁੱਛੋ ਜਾਓਗੇ, ਸਾਰੇ ਪਾਸਿਓਂ ਧੰਨ ਗੁਰੂ ਨਾਨਕ ਦੀ ਆਵਾਜ਼ ਆਏਗੀ, ਅਤੇ ਇਸ ਦਾ ਮਤਲਬ ਹੈ ਕਿ ਗੁਰੂ ਨਾਨਕ ਦੀ ਗੱਦੀ ਹੈ, ਗੁਰੂ ਨਾਨਕ ਦਾ ਘਰ ਹੈ। ਜਨ ਨਾਨਕ ਲੇਖਾ ਸਮਝਿਆ, ਨਾਨਕ ਸਤਿਗੁਰ ਜਿਨ ਕੋ ਮਿਲਿਆ ਤਿਨਕਾ ਲੇਖਾ ਨਿਬੜਿਆ। ਬਸ ਸਾਹਿਬ ਹੀ ਨਹੀਂ ਕੋਈ, ਇਹ ਸੰਗੀ ਬਣਨ ਦਾ, ਸੇਵਕ ਬਣਨ ਦਾ, ਅੰਮ੍ਰਿਤ ਛਕਣ ਦਾ ਇਹ ਲਾਭ ਹੈ। ਅਤੇ ਮੇਰੇ ਖਿਆਲ ਅੰਮ੍ਰਿਤ ਛਕਣ ਵਾਸਤੇ ਨਾਂ ਕਿਸੇ ਨੇ ਵੀ ਨਹੀਂ ਲਿਖਾਇਆ,
ਨਾਲ ਖਾਓ ਅਤੇ ਅੰਮ੍ਰਿਤ ਛਕਣ ਵਾਸਤੇ ਹਜ਼ਾਰ ਦੋ ਹਜ਼ਾਰ ਪੰਜ ਸੌ ਤਾਂ ਇੱਥੇ ਹੋਣਾ ਚਾਹੀਦਾ ਸਕੂਲ ਵਿੱਚ ਬੱਚੇ ਪਾ ਕੇ। ਦੋ ਕੁ ਦਿਨ ਦਾ ਦੀਵਾਨ ਰਹਿ ਗਿਆ ਹੈ, ਚਾਰ ਰਾਤ ਇਹ ਹੈਗਾ ਸੀ ਦੋ ਰਾਤ ਦਾ, ਹੁਣ ਤਿੰਨ ਦਾ ਅਤੇ ਚਾਰ ਦਾ ਹੈ। ਅਤੇ ਜਿੰਨਾ ਅੰਮ੍ਰਿਤ ਨਹੀਂ ਛਕਿਆ ਉਹ ਛਕੋ, ਬੱਚਿਆਂ ਨੂੰ ਵੀ ਛਕਾਓ, ਛੋਟਿਆਂ ਛੋਟਿਆਂ ਨੂੰ ਛਕਾ ਦਿਓ, ਆਪੇ ਗੁਰੂ ਜਾਣੇਗਾ, ਬੱਚਿਆਂ ਨੂੰ ਵੀ ਛਕਾ ਦਿਓ। ਚਿੰਤਾ ਨਾ ਕਰੋ ਕਿਹੋ ਜਿਹਾ ਘਰ ਮਿਲਣਾ ਹੈ, ਫਿਰ ਉਹੋ ਹੀ ਮਿਲੇਗਾ ਬੇਅਮ੍ਰਿਤੀਆ, ਅਤੇ ਬਾਣੇ ਪਾ ਦੇਗਾ ਤੁਹਾਨੂੰ। ਅਤੇ ਜੇ ਅੰਮ੍ਰਿਤ ਛਕਾ ਦਿਓਗੇ, ਬੱਚੀ ਨੂੰ ਗੁਰੂ ਵਾਲੀ ਬਣਾ ਦਿਓਗੇ, ਫਿਰ ਗੁਰੂ ਬਾਜਾ ਵਾਲਾ ਉਹਦਾ ਘਰ ਲੱਭੇਗਾ। ਬੱਚੇ ਨੂੰ ਅੰਮ੍ਰਿਤ ਛਕਾਓ, ਬੱਚੀਆਂ ਨੂੰ ਛਕਾਓ, ਆਪ ਛਕੋ, ਅੰਮ੍ਰਿਤ ਦੀ ਦਾਤ ਜ਼ਰੂਰ ਲਵੋ। ਬਾਬਾ ਜੀ ਨੇ ਇਹੀ ਪੁੱਛਿਆ ਵੀ ਅੰਮ੍ਰਿਤ ਛਕਿਆ ਅਤੇ ਸਾਰਿਆਂ ਦਾ ਲੇਖਾ ਪਾੜਤਾ, ਬਾਹਰ ਭੇਜਤੇ, ਮੌਜਾਂ ਲੈਂਦੇ ਪਏ ਸਾਰਾ ਪਰਿਵਾਰ, ਸਾਰਿਆਂ ਦਾ ਵੀਜ਼ਾ ਲੱਗ ਗਿਆ, ਕੋਈ ਮਿਹਨਤ ਨਹੀਂ, ਕੋਈ ਦੌੜਾਂ ਨਹੀਂ, ਕੋਈ ਇੱਧਰ ਉੱਧਰ ਭਾਜੜਾਂ ਨਹੀਂ ਪਈਆਂ। ਜਿਨ੍ਹਾਂ ਦੇ ਵੱਲ ਰੱਬ ਹੋਜੇ ਉਹਨਾਂ ਦੇ ਕਾਰਜ ਪਰਮਾਤਮਾ ਕਰ ਦਿੰਦਾ ਹੈ। ਹਰ ਜਸ ਗਾਇਓ ਹੁਕਮਨਾਵਾਂ ਅਤੇ ਅੰਦਰ ਪਾਠ ਵਾਲੀ ਦੇਗ ਸਾਰੀ ਸੰਗਤ ਨੂੰ ਸੁਖਮਣੀ ਤੋਂ ਬਾਅਦ ਵਰਤਾ ਦੇਣੀ, ਖੁੱਲ੍ਹਾ ਪ੍ਰਸ਼ਾਦ ਬਣਾ ਲਿਆ ਕਰੋ, ਅਕੇਲੇ ਕੋਲੇ ਵੀ ਵਰਤਾ ਦਿਆ ਜੇ ਫਲ ਵੀ ਪਾਠ ਤੋਂ ਬਾਅਦ। ਹਰ ਜਸ ਜੀ, ਹਰ ਜਸ ਗਾਇਓ ਸੰਤ ਜਨਾ ਮਿਲ, ਹਰ ਜਸ ਗਾਇਓ ਸੰਤ ਜਨਾ ਮਿਲ, ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਕਰ ਕਰ ਕਿਰਪਾ, ਕਰ ਕਿਰਪਾ ਹਰ ਕਰ ਕਿਰਪਾ, ਕਰ ਕਿਰਪਾ ਹਰ ਨਾਮ ਗਵਾਇਓ, ਕਰ ਕਿਰਪਾ ਹਰ ਨਾਮ ਗਵਾਇਓ, ਸਰਬ ਸੁਖ ਹਰ ਨਾਮ ਵਡਾਈ, ਸਰਬ ਸੁਖ ਹਰ ਨਾਮ ਵਡਾਈ, ਨਾਨਕ ਮਤ ਪਾਈ ਮਿਲ, ਹਰ ਰਸ ਗਾਇਓ ਸੰਤ ਜਨਾ ਮਿਲ, ਹਰ ਰਸ ਗਾਇਓ ਸੰਤ ਜਨਾ ਮਿਲ। ਸਲੋਕ ਪਾਉਣ ਗੁਰੂ ਪਾਣੀ ਪਿਤਾ ਮਾਤਾ ਤ੍ਰਿਤ ਮਹਤ ਦੀ ਸਰਾਦ ਉਦਾਈ ਦਾਇਆ ਖੇਲੈ ਸਗਲ ਜਗਤ, ਚੰਗੀਆਂ ਬੁਰੀਆਂ ਵਾਚੇ ਤ੍ਰਿ ਮਹਦੂ, ਕਰਮੀ ਆਪੋ ਆਪਣੀ ਕਿ ਨੇੜੇ ਕੈ ਦੂਰ, ਜਿੰਨੀ ਨਾਮ ਧਿਆਇਆ ਸਖਤ ਭਾਰ, ਨਾਨਕ ਤੇ ਮੁਖੀ ਉਜਲੇ ਖੇਤੀ ਛੁੱਟੀ ਨਾਲ, ਨੀ ਨਾਮ ਧਿਆਇਆ ਗਏ ਨ ਸਖਤ ਕਾਲ, ਨਾਨਕ ਤੇ ਮੁਖੀ ਉਜਲੇ ਖੇਤੀ ਛੁੱਟੀ ਨਾਲ, ਖੇਤੀ ਛੁੱਟੀ ਨਾਲ। ਸ੍ਰੀ ਵਾਹਿਗੁਰੂ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋਰਠ ਮਹੱਲਾ ਪੰਜਵਾਂ, ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹਿ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹਿ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ।
ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ ਰਹਾਉ। ਨਾਰਾਇਣ ਪ੍ਰਾਣ ਅਧਾਰਾ, ਹਮ ਸੰਤ ਜਨਾ ਰੇ ਨਾਰਾ, ਪਤਿਤ ਪਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ, ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਤ ਜੀ ਸੰਗ ਰਖਵਾਲਾ, ਹਰ ਦਿਨ ਰਹਿਣ ਕੀਰਤਨ ਗਾਈਐ, ਬਹੁੜ ਨ ਜੋਨੀ ਪਾਈਐ, ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਦਿਨ ਹੀ ਜਾਤਾ, ਜਮ ਕੰਕਰ ਨੇੜ ਨ ਆਇਆ, ਸੁਖ ਨਾਨਕ ਸਰਨੀ ਪਾਇਆ, ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਤਿਨ ਹੀ ਜਾਤਾ, ਜਮ ਕੰਕਰ ਨੇੜ ਨ ਆਇਆ, ਸੁਖ ਨਾਨਕ ਸਰਣੀ ਪਾਇਆ। ਧੰਨ ਗੁਰੂ ਨਾਨਕ।